ਉਸ ਇਨਸਾਨ ਨੇ ਮੈਨੂੰ ਫੋਟੋ ਸੈਂਡ ਕੀਤੀ ਝੂੜਾ ਝੂੜਾ ਆਇਆ ਝੂੜੇ ਵਾਲੀ ਬਾਹ ਵੀ ਤੂੰ ਸਾਰੀ ਫੈਮਿਲੀ ਨੂੰ ਮੜਾਈ ਬੈਠਾ ਹਨਾ ਤੇ ਤੇਰੇ ਸਾਰੇ ਸ਼ਹਿਰ ਨੂੰ ਪਤਾ ਤੇ ਉਹ ਬੰਦਾ ਜਿਹ ਤੈਨੂੰ ਇਨਸਾਨ ਝੂੜੇ ਦੀਆਂ ਫੋਟੋਆਂ ਭੇਜ ਰਿਹਾ ਪੀਤਾ ਨਾਰਮਲ ਪੇਪਰ ਤੇ ਸੌਂਗ ਕੇ ਜਿਹਨੂੰ ਕਹਿੰਦੇ ਹਨਾ ਫੇ 3.5 ਸਾਲ ਟੀਕੇ ਲਾਏ ਟੀਕੇ ਐਸ ਹੱਦ ਤੱਕ ਲਾਏ ਹਨਾ ਵੀ ਕੋਈ ਨਾੜ ਨਹੀਂ ਛੱਡੀ ਸੀ ਔਲੀ ਔਲੀ ਪੀਂਦਾ 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 ਜੀ ਉਹਦਾ ਵੀ ਆਦੀ ਸੀ ਫੇਰ ਤੁਸੀਂ ਇਹ ਹਿਸਾਬ ਲਾਓ ਵੀ ਯਾਰ ਮੈਂ ਡਾਕਟਰ ਆਇਆ ਡਾਕਟਰ ਹੱਥ ਖੜੇ ਕਰ ਗਿਆ ਕਹਿੰਦਾ ਵੀ ਨਹੀਂ ਮੁੰਡਾ ਨੀਲਾ ਪੈ ਗਿਆ ਵੀ ਜਵਾਬ ਹੀ ਆ ਤੁਸੀਂ ਦੇਖ ਲਓ ਵੀ ਸ਼ਹਿਰ ਜਾਣ ਵਾਲਾ ਵੀ ਹੈ ਨਹੀਂ ਉਸ ਤੋਂ ਬਾਅਦ ਨਾ ਐਸਾ ਟਰਨਿੰਗ ਪੁਆਇੰਟ ਆਇਆ ਜ਼ਿੰਦਗੀ ਦੇ ਵਿੱਚ ਨਾ ਐਸਾ ਕਮਾਇਆ ਬਾਪੂ ਨੇ ਦਾਦੇ ਨੇ ਜੋ ਕਮਾਈ ਕੀਤੀ ਕਾਫੀ ਸੀ ਵਧੀਆ ਸੀ ਤੇ ਪਿੰਡ ਦੇ ਵਿੱਚ ਸੋਨਾ ਨਾਂ ਸੀਗਾ ਲੋਕੀ ਮੰਨਦੇ ਸੀ ਸੋ ਇੱਕ ਵਾਰ ਨਾ ਜ਼ਿੰਦਗੀ 'ਚ ਏਦਾਂ ਦਾ ਮੋੜ ਆਇਆ ਵੀ ਉਹ ਜੋ ਉਹਨਾਂ ਦੀ ਕਿਰਤ ਕਮਾਈ ਜੋ ਵੀ ਸੀਗੀ ਉਹ ਸਾਰੀ ਨੂੰ ਮੈਂ ਆਪਣੀ ਆਪਣੇ ਸ਼ੌਂਕਾਂ ਲਈ ਜਾਂ ਆਪਣੇ ਮਜ਼ੇ ਲਈ ਨਰਕ ਬਣਾ ਕੇ ਰੱਖਤਾ ਹਾਂਜੀ ਸਸਰੀਕਾਲ ਜੀ ਮੈਂ ਮਨਪ੍ਰੀਤ ਸਿੰਘ ਬਗਾਪੁਰ ਤੋਂ 2012 ਦੇ ਵਿੱਚ ਨਾ ਮੈਂ ਖੇਡਦਾ ਸੀ ਬੱਚੇ ਜਿਵੇਂ ਖੇਡਦੇ ਹੁੰਦੇ ਆ ਉਹ ਉਹਨਾਂ ਟਾਈਮਾਂ ਦੇ ਵਿੱਚ ਵੀ ਹਾਂ ਹਲਕੀ ਕਬੱਡੀ ਨੇਸ਼ਨਲ ਜਾ ਪੰਜਾਬ ਉਮਰ ਕੱਟ ਸੀ ਸੋ ਖੇਤੀ ਸੀਗੀ ਸਾਡੀ ਵਧੀਆ ਡੇੜੀ ਵਧੀਆ ਚਾਰ ਪੈਸੇ ਕਮਾਉਂਦੇ ਸੀ ਪ੍ਰਾਪਰਟੀ ਡੀਲਰ ਵੀ ਸੀਗੇ ਸੋ 2012 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਨਾ ਹੌਲੀ ਹੌਲੀ ਮੈਂ ਖੇਡਦਾ ਖੇਡਦਾ ਰਿਹਾ ਖੇਡਦਾ ਰਿਹਾ ਕਿ ਵਿਚ ਵਿਚ ਕਿਤੇ ਤਾਈ ਮੈਂ ਸਭਾਜ ਜਾਣਾ ਕਿਉਂਕਿ ਖੋਲ ਮਿਲ ਗਈ ਸੀਗੀ ਥੋੜਾ ਸ਼ੌਂਕ ਵੀ ਸੀਗੇ ਵੀ ਹਾਂ ਇੱਕ ਚੌਂਕ ਸੀ ਮੇਰਾ ਸਭ ਤੋਂ ਗੰਦਾ ਸੀ ਜੋ ਆਪਣੀ ਤੋਂ ਵੱਡੀ ਉਮਰ ਦੇ ਮੁੰਡਿਆਂ ਨਾਲ ਯਾਰੀ ਲਾਉਣੀ ਉਹਨਾਂ ਨਾਲ ਘੁੰਮਣਾ ਫਿਰਨਾ ਤੇ ਇਹੀ ਯਾਰੀ ਦੋਸਤੀ ਨੇ ਆਪਣੇ ਤੋਂ ਵੱਡੀ ਉਮਰ ਦੇ ਆ ਨਾ ਵੀ ਹਾਂ ਉਹ ਜੋ ਕਰਦੇ ਆ ਮੈਂ ਵੀ ਉਹੀ ਕਰਨਾ ਕਿਉਂਕਿ ਉਹ ਤਗੜੇ ਸੀ ਡੌਲਿਆਂ ਵਾਲੇ ਮੈਂ ਹਲਕਾ ਸੀ ਪਰ ਯਾਰੀ ਮੇਰੀ ਉਹਨਾਂ ਨਾਲ ਸੀ ਮੈਨੂੰ ਇਹ ਸੀ ਵੀ ਯਾਰ ਜੋ ਜਿੱਦਾਂ ਇਹਨਾਂ ਦੇ ਡੌਲੇ ਆ ਜਾਂ ਇਹਨਾਂ ਦੀ ਸਿਹਤ ਮੇਰੀ ਵੀ ਇਦਾਂ ਹੀ ਹੋਵੇ ਤੇ ਮੈਂ ਵੀ ਸੋਹਣਾ ਲੱਗਾ ਜਾਂ ਮੈਂ ਵੀ ਇਹਨਾਂ ਵਰਗਾ ਬਣਾ ਤੇ ਮੈਂ ਨਾ ਭੱਜਾ ਫਿਰਦਾ ਰਿਹਾ ਵੀ ਮੈਂ ਵੀ ਭਾਰ ਵਧਾਉਣਾ ਮੈਂ ਵੀ ਤਕੜਾ ਹੋ ਕੇ ਕਬੱਡੀ ਖੇਡੂ ਕਿਉਂਕਿ ਜਦ ਮੇਰਾ ਗੋਟ ਟੁੱਟਿਆ ਸੀ ਨਾ ਜੀ ਤਾਂ ਮੈਨੂੰ 6 ਮਹੀਨੇ ਦੀ ਰੈਸਟ ਮਿਲੀ ਸੀ ਉਹ ਰੈਸਟ ਕਰਦਾ ਰਿਆ ਪਰ ਮੈਂ ਘੁੰਮਣ ਫਿਰਨ ਲੱਪਿਆ ਸੀ ਮੁੰਡਿਆਂ ਨਾਲ ਹੁਣ ਉਹ 3600 ਚੀਜ਼ਾਂ ਕਰਦੇ ਸੀ ਦਿੱਲੀ ਹੌਲੀ ਹੌਲੀ ਆ ਚਲੋ ਪਹਿਲਾਂ ਕੰਟਰੋਲ ਹੁੰਦਾ ਰਿਆ ਨਹੀਂ ਪਤਾ ਸੀ ਡਰ ਲੱਗਦਾ ਸੀ ਵੀ ਯਾਰ ਇਹ ਚੀਜ਼ੇ ਮਾੜਾ ਰਿਜ਼ਲਟ ਹੋ ਜਾ ਕੋਈ ਕੁਝ ਵੀ ਕਿਤੇ ਨਾ ਕਿਤੇ ਇਹ ਗੱਲ ਵੀ ਡਰਾਉਂਦੀ ਸੀ ਪਰ ਫਿਰ ਮੈਂ ਤੇ ਮਨੂੰ ਨਾ ਸਟੀਅਰ ਉੱਤੇ ਹੱਥ ਪਈ ਵੀ ਮੈਂ ਵੀ ਯਾਰ ਖਾ ਕੇ ਖੇਡਣਾ ਭਾਰ ਵਧਾ ਕੇ ਖੇਡਣਾ ਹਨਾ ਤੇ ਮੈਂ ਲਿਆਸ ਡੀ ਰੋਡ ਚਲੋ ਵਧੀਆ ਹੋ ਗਿਆ ਸਰੀਰ ਤਕੜਾ ਹੋਣ ਲੱਪਿਆ ਪਰ ਉਹਦੇ ਨਾਲ ਕੀ ਹੋਇਆ ਨਾ ਜਦੋਂ ਆਪਾਂ ਇਹ ਚੀਜ਼ਾਂ ਲੈਨੇ ਆ ਨਾ ਆਪਣੇ ਹੱਡ ਜਿਹੜੇ ਆ ਉਹ ਕਮਜ਼ੋਰ ਹੋ ਜਾਂਦੇ ਆ ਭਾਰ ਵਧ ਜਾਂਦਾ ਜੱਕ ਦਵੇਂ ਭਾਰ ਵਧਿਆ ਸੀ ਹੱਡ ਕਮਜ਼ੋਰ ਸੀ ਗੇਮ ਗੱਲ ਨਹੀਂ ਬਣੀ ਪਹਿਲਾਂ ਵਾਲੀ ਗੱਲ ਐ ਨਹੀਂ ਬਣੀ ਵੀ ਮੈਂ ਚਾਹੀ ਵੀ ਨਹੀਂ ਬਣਾਉਣੀ ਮੈਨੂੰ ਇਦਾਂ ਹੋ ਗਿਆ ਸੀ ਵੀ ਮੈਂ ਤਕੜਾ ਹੋ ਗਿਆ ਮੇਰੇ ਕੱਪੜੇ ਲੀੜੇ ਜੱਜਦੇ ਆਪਿਆ ਹਾ ਢੇਲਾ ਹੈਗਾ ਬਹੁਤ ਠੀਕ ਹੈ ਹੁੰਮੀ ਫੀਰੀ ਜਾਓ ਜੀ ਉੱਥੇ ਸਿੱਧੇ ਕੰਮ ਕਰੀ ਜਾਣੇ ਹੌਲੀ ਹੌਲੀ ਅਸੀਂ ਜਿੰਮ ਜਾਂਦੇ ਸੀ ਤਾਂ ਵਧੀਆ ਪ੍ਰੋਟੀਨ ਪਟੂ ਸਭ ਕੁ ਖਾ ਕੇ ਵਧੀਆ ਸੇਤ ਹੋ ਗਈ ਸੀ ਮੈਂ ਸੀ ਸੋ ਨਾਲ ਮੇਰੇ ਦੋ ਤਿੰਨ ਯਾਰ ਸੀਗੇ ਜੋ ਮੇਥੋਂ ਵੱਡੀ ਉਮਰ ਦੇ ਮੇਰੇ ਭਰਾ ਵੀ ਹਨ ਅਸੀਂ ਜੈਮ ਲਾਉਂਦੇ ਸੀ ਜੀ ਵਧੀਆ ਮਿਹਨਤ ਕਰਦੇ ਸੀ ਉਹ ਐਸਾ ਦਿਨ ਇੱਕ ਆਇਆ ਵੀ ਜਦੋਂ ਨਸ਼ੇ ਦੇ ਵਿੱਚ ਪੈਰ ਪਿਆ ਕਿਸੇ ਇੱਕ ਚੀਜ਼ ਅਸੀਂ ਨਾ ਗਰਮੀ ਹੀ ਬਹੁਤ ਪੈ ਜਾਂਦੀ ਸੀਗੀ ਇਹ ਜਿਹੜੀ ਇਹ ਚੀਜ਼ਾਂ ਨਾ ਇਹ ਤੁਹਾਨੂੰ ਵੀ ਪਤਾ ਵੀ ਇਹ ਸਟੀਰਟ ਜਿਹੜਾ ਇਹ ਗਰਮ ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਨੂੰ ਜੱਕ ਦਵੇਂ ਆਪਣੇ ਸਰੀਰ ਨੂੰ ਪੰਪ ਕਰਦੀ ਹੈ ਨਾ ਸੋ ਅਸੀਂ ਉਹਨੂੰ ਪੁੱਛਿਆ ਭਾਜੀ ਨੂੰ ਵੀ ਯਾਰ ਇਹ ਚੀਜ਼ਾਂ ਫੈਂਸਣੀਆਂ ਨਿਕਲਦੀਆਂ ਹੀ ਜਾਂ ਗਰਮੀ ਲੱਗਦੀ ਸੀ ਹੈਨਾ ਸੋ ਉਹ ਭਾਜੀ ਕਹਿੰਦਾ ਵੀ ਜੈਮ ਵਾਲਾ ਖੋਦ ਇੱਕ ਜੈਮ ਵਾਲਾ ਬਤਾਉ ਉਹਨੇ ਸਾਨੂੰ ਕੀ ਸਲਾਹ ਦਿੱਤੀ ਉਹ ਕਹਿੰਦਾ ਵੀ ਤੁਸੀਂ ਨਾ ਇੱਕ 0% ਵਾਲੀ ਅਲਕੋਹਲ ਤੇ ਵੀਰ ਮਿਲਦੀ ਆ ਤੁਸੀਂ ਉਹ ਇੱਕ ਇੱਕ ਕੈਨ ਪੀ ਲਿਆ ਕਰੋ ਠੰਡੀ ਹੁੰਦੀ ਆ ਚਲੋ ਜੀ ਅਸੀਂ ਪਹਿਲੇ ਦਿਨ ਤਾਂ ਚਲੋ ਉਹੀ ਪੀ ਲਈ ਤੇ ਪਰ ਅਗਲੇ ਦਿਨ ਅਸੀਂ ਕਿਹਾ ਵੀ ਚੱਲ ਐ ਕਰਦੇ ਆ ਪੀ ਕੇ ਦੇਖ ਲੈਂਦੇ ਆ ਇੱਕ ਨਾ ਕੀ ਹੋਣਾ ਉਹ ਐਸਾ ਸਾਡਾ ਦਿਮਾਗ ਖਰਾਬ ਹੋਇਆ ਅਸੀਂ ਪਹਿਲਾਂ ਚੋਰੀ ਨਾਲ ਦੋਨਾਂ ਭਰਾਵਾਂ ਨੇ ਇੱਕ-ਇੱਕ ਕੈਨ ਪੀ ਲਿਆ ਚਲੋ ਜੀ ਚੜਦੀ ਜਵਨੀ ਸੀ ਘੁਮੇਟੇ ਆਏ ਬੜਾ ਨਿਆਰਾ ਆਇਆ ਵੀ ਲੈ ਵੀ ਆ ਤਾਂ ਜੰਨਤ ਹੀ ਆ ਕੀ ਫਾਇਦਾ ਹੈ ਨਾ ਛੱਡੋ ਹੁਣ ਸਰੀਰ ਤਾਂ ਬਣਿਆ ਹੀ ਆ ਹੁਣ ਕੀ ਲੈਣਾ ਤੇ ਦੂਜੇ ਦਿਨ ਫੇਰ ਸਾਨੂੰ ਉਹਨੇ ਇਹ ਗੱਲ ਕਹੀ ਸੀ ਵੀ 3 ਇਹ ਚੌਥੇ ਦਿਨ ਪੀ ਲਿਆ ਕਰੋ ਪਰ ਨਹੀਂ ਸਲਾਹ ਤਾਂ ਉਹਨੇ ਦਿੱਤੀ ਹੁਣ ਸਾਡੇ ਵੀ ਉਹ ਚੀਜ਼ ਹੀ ਲਾਲਚ ਆ ਗਈ ਸੀ ਵੀ ਯਾਰ ਇਹ ਚੀਜ਼ ਖਾ ਕੇ ਤਾਂ ਨਿਆਰਾ ਬੜਾ ਆਇਆ ਜਾਂ ਇਹ ਚੀਜ਼ ਪੀ ਕੇ ਨਿਆਰਾ ਬੜਾ ਆਇਆ ਫਿਰ ਅਸੀਂ ਅਗਲੇ ਦਿਨ ਦੋਨਾਂ ਭਰਾਵਾਂ ਨੇ ਫੇਰ ਤਿੰਨ ਕੈਨ ਲੈ ਲਏ ਡੇਡਡ ਪੀ ਲਿਆ ਇਦਾਂ ਇੱਕ ਇੱਕ ਕਰਦੇ ਆ ਕਰਦੇ ਨੇ ਵੀਰ ਫਿਰ ਉਸ ਤੋਂ ਬਾਅਦ ਸਰੀਰ ਤਕੜਾ ਸੀਗਾ ਤੇ ਵੀਰ ਦਾ ਇਦਾਂ ਹੁੰਦਾ ਵੀ ਨਸ਼ਾ ਨਾ ਜਿੱਦਾਂ ਆਪਾਂ ਪੀਨੇ ਆ ਜਿੱਦਾਂ ਜਿੱਦਾਂ ਆਪਾਂ ਨੂੰ ਵਾਸ਼ਰੂਮ ਆਈ ਜਾਣਾ ਉਹ ਜ਼ੀਰੋ ਹੋ ਜਾਂਦਾ ਸੋ ਉਹਦੇ ਨਾਲ ਫੇ ਸਾਨੂੰ ਇਹ ਜਿਹੜੇ ਕਿ ਪੈਸੇ ਕਿੰਨੇ ਲਾ ਦੀ ਦੇ ਆ ਵੀ ਚਾਰ ਚਾਰ ਪੰਜ ਪੰਜ ਵੀਰਾਂ ਅਸੀਂ ਪੀਣ ਲੱਗ ਪਏ ਸੀ ਰੋਜ਼ ਰਾਤ ਨੂੰ ਛੁਰੀ ਕਰਦੇ ਹਾਂ ਤੋਂ ਜੈਮ ਦੀ ਕਿੱਟ ਨਾਲ ਹੁੰਦੀ ਸੀ ਵਿੱਚ ਸਾਰਾ ਜ਼ਮਾਨਾ ਹੁੰਦਾ ਸੀ ਪਰ ਇਹ ਜੈਮ ਜਾਣੋਂ ਹਟ ਗਿਆ ਪੀ ਕੇ ਘੁੰਮੀ ਜਾਣਾ ਨਜ਼ਾਰੇ ਲਈ ਜਾਣਾ ਵੀ ਲੈ ਵੀ ਜੰਨਤ ਹੀ ਆਖਣੀ ਇਹ ਪਰ ਨਹੀਂ ਜੀ ਉਨੇ ਇਦਾਂ ਹੌਲੀ ਹੌਲੀ ਮੇਰਾ ਖੋਲਿਆ ਦਿਮਾਗ ਵੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਫਿਰ ਜਦੋਂ ਸਾਨੂੰ ਲੱਗਾ ਲਾ ਪੈਸੇ ਘਟਣ ਲੱਪੇ ਵੀ ਯਾਰ ਇਹ ਤਾਂ ਮਹਿੰਗੀ ਪੈਂਦੀ ਆ ਸੋ ਅਸੀਂ ਫਿਰ ਕੀ ਕੀਤਾ ਪਹਿਲੇ ਦਿਨ दारू ਪੀ ਲਈ ਸੋ ਉਹ दारू ਤੋਂ ਹੌਲੀ ਹੌਲੀ ਘਰੇ ਪਤਾ ਲੱਗਣ ਨਹੀਂ ਦਿੱਤਾ ਕਿਉਂਕਿ ਮਾਪੇ ਇਦਾਂ ਸੀ ਵੀ ਡੈਡੀ ਡੈਥ ਹੋਈ ਸੀ ਦਾਦਾ ਜੀ ਵੀ ਨਹੀਂ ਸੀ ਦਾਦੀ ਸੀਗੀ ਸਿਆਣੀ ਭਰਾ ਛੋਟਾ ਸੀ ਮੰਮੀ ਮੇਰੀ ਉਦਾਂ ਚਲੋ ਥੋੜੇ ਭੋਲੇ ਆ ਵੀ ਉਹਨਾਂ ਨੂੰ ਨਹੀਂ ਮੈਂ ਕਦੀ ਫੜੇ ਨਹੀਂ ਹੋਇਆ ਸੀ ਪਿੰਦੇ ਰਿਆ ਪਿੰਦੇ ਰਿਆ ਹੌਲੀ ਹੌਲੀ ਕੋਈ ਹੋਰ ਚੀਜ਼ ਆ ਗਈ ਕੋਈ ਕਿਦਾਂ ਕੋਈ ਤੁਹਾਨੂੰ ਦੱਸਿਆ ਵੀ ਵੱਡੇ ਯਾਰ ਦੋਸਤੀ ਜਦੋਂ ਅਸੀਂ ਇਕੱਠੇ ਪੀਣ ਲੱਪੇ ਸਾਡੇ ਹੋਰ ਲਾਲਚਾ ਵਧ ਗਿਆ ਬਾਹਰ ਮੰਡੀਰ ਚ ਘੁੰਮਣਾ ਲੜਾਈਆਂ ਝਗੜੇ ਸਭ ਕੁੱਖ ਕਰੀ ਗਿਆ ਤੋਂ ਉਹ ਚੀਜ਼ ਦਾ ਪਤਾ ਲੱਗਿਆ ਵੀ ਫੀਮ ਕੀ ਹੁੰਦੀ ਆ ਡੋਡੇ ਕੀ ਹੁੰਦੇ ਆ ਜਾਂ ਫਾਲੀ ਗੋਲੀ ਕੀ ਹੁੰਦੀ ਆ ਇਦਾਂ ਹੀ ਪੌਂਦਾ ਆਂਦਾ ਲਾਲਚ ਐਸਾ ਹੋਣ ਲੱਗਾ ਮਨ ਚ ਘੁੰਮਣ ਭਰਨ ਲੱਪੇ ਯਾਰਾਂ ਦੋਸਤਾਂ ਪਿੱਛੇ ਲੜਾਈਆਂ ਕਰਨੀਆਂ ਸ਼ੁਰੂ ਹੋ ਜਾਂਦੀਆਂ ਜੀ ਪਾਣੋ ਵੀ ਹਟ ਗਿਆ ਜੈਮ ਲੋ ਵੀ ਜ਼ੀਰੋ ਹੋ ਗਿਆ ਮਾਸ ਢਲਕ ਗਿਆ ਟੱਡ ਬਾਹਰ ਆਉਣ ਲੱਪੇ ਜੀ ਫੇਰ ਹੌਲੀ ਹੌਲੀ ਜਦੋਂ दारू ਤੋਂ ਆਹ ਚੀਜ਼ਾਂ ਖਾਣੀਆਂ ਸ਼ੁਰੂ ਕਰਤੀਆਂ ਵੀ ਕਿਤੇ ਮੇਲਾ ਆ ਜਾਂ ਕਿਤੇ ਰੈਲੀ ਆ ਵੀ ਖਾ ਲਓ ਡੋਡੇ ਖਾ ਲਓ ਜਾਂ ਫੀਮ ਖਾ ਲਓ 6 ਮਹੀਨੇ ਇਹ ਚੀਜ਼ਾਂ ਚੱਲੀ ਗਈਆਂ ਜਾਨੀ ਕਿ ਜੀ ਸਾਡਾ ਸਰੀਰ ਪੱਕ ਰਿਹਾ ਸੀ ਅਜੇ ਸਾਨੂੰ ਤੋੜ ਤੂੜ ਇੰਨੀ ਨਾਰਮਲ ਮਹਿਸੂਸ ਨਹੀਂ ਹੁੰਦੀ ਸੀ ਜਦੋਂ ਫੀਮ ਡੋਡੇ ਸ਼ੁਰੂ ਕੀਤੇ ਨਾ ਫੇਰ ਸਾਨੂੰ ਸਰੀਰ ਨੇ ਝਟਕਾ ਜਿਹਾ ਵੀ ਮਾਰਿਆ ਵੀ ਤੋੜ ਫੀਮ ਡੋਡੇ ਮਹਿੰਗੇ ਪੈ ਰਿਆ ਸੀ ਸਾਨੂੰ ਇਦਾਂ ਸੀ ਵੀ ਖੇਤੀਬਾੜੀ ਦਾ ਕੰਮ ਸੀ ਡੰਗਰ ਬਹੁਤ ਸੀਗੇ ਉਹਦੇ ਨਾਲ ਭਾ ਜਿਹੜਾ ਮੁੰਡਾ ਮੇਰੇ ਨਾਲ ਸੀ ਉਹ ਮੇਰਾ ਭਰਾ ਭੜਾਤਾ ਉਹਦੇ ਨਾਲ ਮੇਰਾ ਪਿਆਰ ਬਹੁਤ ਜੀ ਇਕੱਠੇ ਰਹਿੰਦੇ ਦੋਨੇ ਜਾਨੇ ਡੰਗਰ ਬਧੂ ਸੀਗੇ ਆਈ ਖੂਹ ਤੇ ਆਪਣਾ ਨਾਲੇ ਕੰਮ ਕਰੀ ਜਾਣੇ ਧਾਰਾਂ ਕਢੀ ਜਾਣੀਆਂ ਪੱਠੇ-ਪੋਠੇ ਪਾਈ ਜਾਣੇ ਉੱਥੇ ਖੂਹ ਤੇ ਪੀ ਜਾਣੀ ਜਦੋਂ ਆ ਫੀਮ ਜਾਂ ਡੋਡੇ ਇਹਨਾਂ ਨੇ ਸਰੀਰ ਨੂੰ ਜਕੜ ਲਿਆ ਜੀ ਫਿਰ ਇਹ ਮਹੰਗਿਆ ਪਿਆਰੇ ਸੀ ਚੀਜ਼ ਫੇਕ ਕਿਸੇ ਨੇ ਹੋਰ ਇੱਕ ਨੇ ਸਲਾਹ ਦਿੱਤੀ ਮਾੜੀ ਹੋਈ ਅਸੀਂ ਤਾਂ ਚੰਗੇ ਸਾਂ ਜਾਂ ਵੀ ਸਾਡੇ ਪੈਸੇ ਬਚਾਰੇ ਆ ਸ਼ਾਇਦ ਉਸ ਬੰਦੇ ਨੇ ਸਾਨੂੰ ਆਹ ਤਰ੍ਹਾਂ ਤਰ੍ਹਾਂ ਦੇ ਦੋ ਤਿੰਨ ਕਿਹ ਅਫਸੂਲ ਜੇ ਆਉਂਦੇ ਆ ਜਾਂ ਗੋਲੀਆਂ ਆਉਂਦੀਆਂ ਐਸਰ ਦੀਆਂ ਦਰਦਾਂ ਦੋਦਾਂ ਦੀਆਂ ਹੁੰਦੀਆਂ ਉਹ ਬਲੈਕ ਚ ਸਭ ਕੁਝ ਮਿਲਦਾ ਜੀ ਸਾਨੂੰ ਉਹ ਅਸੀਂ ਉਹ ਖਾਂਦੇ ਰਹਿ ਉਹ ਖਾਂਦੇ ਰਹਿ ਘੁੰਮੀ ਫਿਰੀ ਗਏ ਆਹੀ ਜਿਹੜੀਆਂ ਆਤਾਂ ਹੀ ਸਾਡੀਆਂ ਗੰਦੀਆਂ ਰਹੀਆਂ ਉਹਨਾਂ ਦੇ ਨਾਲ ਸਾਨੂੰ ਤੋੜਦਾ ਮਤਲਬ ਅਸੀਂ ਠਾਉਂਦੇ ਸੀ ਵੀ ਘੱਟ ਪੈਸਿਆਂ 'ਚ ਸਰਦਾ ਹੋਣਾ ਪਰ ਉਹਦੀ ਵੀ ਡੋਜ਼ ਵਧਣ ਲੱਗੀ ਦਿਨੋ ਦਿਨ ਦਿਨੋ ਦਿਨ ਵਧਣ ਲੱਗੀ ਪਰ ਫੀਮ ਡੋਡਿਆਂ ਨਾਲ ਉਹਨਾਂ ਨੇ ਸਾਨੂੰ ਜ਼ਿਆਦਾ ਸੜਤਾ ਲੀਵਰ ਸੁੱਜ ਗਿਆ ਬਹੁਤ ਵਾਰੀ ਇਦਾਂ ਦੀਆਂ ਚੀਜ਼ਾਂ ਹੋਈਆਂ ਘਰਦਿਆਂ ਨੇ ਪੁੱਛਣਾ ਵੀ ਕਿਹੜੀ ਚੀਜ਼ ਨਾਲ ਤੁਹਾਨੂੰ ਇਦਾਂ ਕੀ ਹੋ ਗਿਆ ਫਲਾਣਾ ਨਾ ਝੂਠ ਬੋਲ ਕੇ ਵੀ ਆ ਜੈਮ ਕਰਕੇ ਹੋ ਗਿਆ ਫਲਾਣਾ ਹੋ ਗਿਆ ਹੁਣ ਇੰਨਾ ਖਾਣਾ ਪੀਣਾ ਮੈਂ ਤਾਂ ਦੁਬਾਰਾ ਸਰੀਰ ਹੋ ਗਿਆ ਟਿੱਲਾਈ ਤਾਂ ਦੁਬਾਰਾ ਜਮ ਲੱਗਣੀ ਘਰਦਿਆਂ ਤੋਂ ਪੈਸੇ ਲੈਣ ਲੱਪਾ ਇਹ ਚੀਜ਼ਾਂ ਹੋਈ ਗਈਆਂ ਕੰਟੀਨਿਊ ਚਲੀ ਗਈਆਂ ਸੋ ਸਾਰਿਆਂ ਦੀ ਜ਼ਿੰਦਗੀ 'ਚ ਆਉਂਦਾ ਨਾ ਹੁੰਦਾ ਵੀ ਹਾਂ ਚੜਦੀ ਜੀ ਜਵਾਨੀ 'ਚ ਕੋਈ ਪਿਆਰ ਜਾਂ ਕੋਈ ਛਦਾ ਨਾ ਸੋ ਆਮੀ ਮੈਂ ਤੁਹਾਨੂੰ ਜ਼ਿਆਦਾ ਨਹੀਂ ਮੈਂ ਤੁਹਾਨੂੰ ਪਰਹੀ ਗੱਲ ਦਾ ਹੁੰਦਾ ਵੀ ਹਾਂ ਸਾਰਿਆਂ ਤੇ ਹੋਇਆ ਮੇਰੇ ਨਾਲ ਵੀ ਇਹ ਚੀਜ਼ ਹੋਈ ਮੈਂ ਵੀ ਕਿਸੇ ਨੂੰ ਚਾਹਿਆ ਬਹੁਤ ਆ ਉਸ ਚੀਜ਼ ਦਾ ਵੀ ਐਡਿਕਟ ਹੋ ਚੁੱਕਾ ਸੀਗਾ ਜੀ ਮੈਂ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਨੂੰ ਚੰਗਾ ਨਹੀਂ ਲੱਗਦਾ ਸੀ ਹੌਲੀ 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 ਵਾਦ ਦਾ ਵਾਦ ਦਾ ਵਧ ਹੀ ਗਿਆ ਫੇਰ ਨਾ ਜੀ ਲੜਾਈਆਂ ਝਗੜੇ ਚੱਲਦੇ ਰਹਿ ਸਾਡੇ ਨਾਲ ਇੱਕ ਲੜਾਈ ਹੋਈ ਭਰਾ ਦੀ ਲੜਾਈ ਹੋ ਗਈ ਮੈਂ ਘਰੇ ਸੁੱਤਾ ਪਿਆ ਤੇ ਚਲੋ ਜਿਹਦੇ ਨਾਲ ਹੋਈ ਸੀ ਉਹ ਅੱਜ ਸਾਡੇ ਨਾਲ ਬੜਾ ਵਧੀਆ ਖੁਸ਼ ਹੈ ਉਹ ਵੀ ਸਾਡਾ ਫਰੈਂਡ ਹੀ ਸੀ ਪਰ ਹੁੰਦੇ ਨਾ ਵੀ ਚੁਗਲ ਖੋਰ ਬੰਦੇ ਹੁੰਦੇ ਆ ਵਿੱਚ ਤੋੜਨ ਵਾਲੇ ਉਹਨਾਂ ਨੇ ਜੀ ਸਾਨੂੰ ਨਾ ਇੱਕ ਦੂਸਰੇ ਨਾਲ ਪੜਾਤਾ ਤੇ ਉਹ ਉਹ ਵੀ ਮੁੰਡਾ ਅੱਜ ਵੀ ਵਰਤਦਾ ਸਾਡੇ ਨਾਲ ਬਹੁਤ ਚੰਗਾ ਬੰਦਾ ਸੀ ਪਰ ਤੁਹਾਨੂੰ ਪਤਾ ਵੀ ਜਦੋਂ ਬੰਦਾ ਤੀਜਾ ਕੋਈ ਵਿੱਚ ਐਡ ਹੋ ਜਾਂਦਾ ਨਾ ਫਿਰ ਉਹ ਉਹ ਵਾਲੀ ਗੱਲਬਾਤ ਨਹੀਂ ਰਹਿੰਦੀ ਉਹਦੇ ਨਾਲ ਹੋ ਗਈ ਲੜਾਈ ਮੈਂ ਸੁੱਤਾ ਪਿਆ ਮੈਨੂੰ ਜਗਾ ਕੇ ਭਰਾ ਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਵੀ ਇਦਾਂ ਵੀ ਉਹਦੇ ਨਾਲ ਲੜਾਈ ਲੜੀ ਹੋਈ ਆ ਮੁੰਡੇ ਮਾਡੇ ਸੱਦੇ ਸੀ ਕਿ ਚਲੋ ਮੈਂ ਵੀ ਹੁਣ ਜਾਣਾ ਪੈਣਾ ਹੈਗਾ ਵੀ ਮੇਰੇ ਘਰ ਦੇ ਤਾਂ ਬੰਦੇ ਆਣਾ ਚਲੋ ਮੋਰੇ ਵੀ ਸੀਗਾ ਮੈਂ ਫੋਨ ਕਰਕੇ ਉਹਨੂੰ ਵੀ ਨਹੀਂ ਆਪਾਂ ਕਿਸੇ ਕਰ ਕੀ ਇਦਾਂ ਨਹੀਂ ਹੈ ਜਿਹੜੇ ਪਰ ਬਿਜਲੀ ਬੰਦੇ ਸੀ ਉਹਨਾਂ ਨੇ ਬਹੁਤ ਕੰਨ ਭਰਤੇ ਸੀ ਸਾਡੇ ਵੀ ਤੇ ਉਹਦੇ ਵੀ ਅਸੀਂ ਲੜ ਪਏ ਜੀ ਚਲੋ ਲੜੇ ਤਾਂ ਸੱਟ ਵਿਚਾਰੇ ਦੇ ਉਤੇ ਵੱਜ ਗਈ ਆਹੀ ਆਪ ਨਹੀਂ ਮਾਰਨੀ ਚਾਹੁੰਦੇ ਸੀਗੇ ਜਾਂ ਕੁਝ ਵੀ ਹੈ ਨਾ ਤੇ ਉਹਦੇ ਸੱਟ ਵੱਜ ਗਈ ਵਿਚਾਰੇ ਦੇ ਉਹ ਜਾਣਾ ਹੋ ਗਿਆ ਉਹਨੂੰ ਐਡਮਿਟ ਕਰਾਇਆ ਉਹਨੂੰ ਐਡਮਿਟ ਕਰਾਇਆ ਤਾਂ ਸਾਡੇ ਜਿਹੜੇ ਨਾਲ ਮੁੰਡੇ ਮੁੰਡੇ ਸੀਗੇ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਜਿਨ੍ਹਾਂ ਨੇ ਕੋਈ ਕੀਤਾ ਵੀ ਨਹੀਂ ਜਿਹੜੇ ਲੜੇ ਵੀ ਨਹੀਂ ਉਦਾਂ ਹੀ ਕੋਈ ਕਿਤੇ ਕੋਈ ਕਿਤੇ ਤੇ ਮੈਨੂੰ ਇਹ ਚੀਜ਼ ਤਾਂ ਪਤਾ ਸੀ ਮੈਨੂੰ ਦਿਮਾਗ ਤੇ ਵਿੱਚ ਖੜਕਦੀ ਸੀ ਘੰਟੀ ਵੀ ਯਾਰ ਜਿਹੜਾ ਬੰਦਾ ਹੁਣ ਉਹ ਐਡਮਿਟ ਕਰਾਇਆ ਜੇ ਉਹ ਨਹੀਂ ਵੀ ਜਾਊਗਾ ਪਰਚਾ ਕਰਾਉਣਾ ਜਾਂ ਕੁਝ ਵੀ ਉਹਦੇ ਘਰਦਿਆਂ ਨੇ ਕਰਵਾ ਦੇਣਾ ਹਨਾ ਸੋ ਇਹ ਪਿੰਡੇ ਰ ਮੈਂ ਵੀ ਥੋੜਾ ਪਿੰਡੋਂ ਪਰਈ ਸੀਗਾ ਜੀ ਜਦੋਂ ਉਹ ਠੀਕ ਹੋਇਆ ਫਿਰ ਉਹਨੇ ਦੁਬਾਰਾ ਦਰਖਾਸਤ ਦਿੱਤੀ ਜਾਂ ਕੁਝ ਵੀ ਹੈ ਨਾ ਬਿਆਨ ਬੀਨ ਹੋਏ ਉਹਦੇ ਤਾਂ ਪੁਲਿਸ ਆਈ ਚੱਕ ਕੇ ਲੈ ਗਈ ਭਰਾ ਨੂੰ ਜਿਹੜਾ ਮੇਤੋ ਬੜਾ ਆ ਤਾਂ ਇਹਦਾ ਮੁੰਡਾ ਤੇ ਇੱਕ ਸਾਥੋ ਜਿਹੜਾ ਸਾਰਿਆਂ ਤੋਂ ਬੜਾ ਉੱਥੇ ਨਹਿਰ ਤੇ ਬੈਠੇ ਸ਼ਰਾਬੇ ਪੀਂਦੇ ਸੀਗੇ ਚੱਕ ਕੇ ਲੈ ਗਏ ਆ ਉਸ ਤੋਂ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣੀ ਭੁੱਲਦਾ ਸੀ ਵੀ ਇਟਲੀ ਦੇ ਸਾਡੇ ਪੇਪਰ ਨਿਕਲੇ ਸੀ ਦੋਨਾਂ ਭਰਾਵਾਂ ਦੇ ਦੋਨਾਂ ਭਰਾਵਾਂ ਦੇ ਇਟਲੀ ਦੇ ਪੇਪਰ ਨਿਕਲੇ ਸੀ ਜੀ ਇਕੱਠਿਆਂ ਨੇ ਜਾਣਾ ਸੀ ਜਦੋਂ ਉਹਦੇ 6:00 ਵੱਜ ਗਈ ਜਾਂ ਇਹ ਚੀਜ਼ ਹੋ ਗਈ ਨਾ ਸਾਨੂੰ ਲੱਗਾ ਵੀ ਹੁਣ ਖਤਮ ਆ ਸਭ ਕੁਝ ਮੈਂ ਵੀ ਪਰੇ ਹੋ ਗਿਆ ਤੁਹਾਨੂੰ ਪਤਾ ਹੀ ਆ ਪਰਚ ਦੀ ਕੁੱਟ ਜਾਂ ਬਦਨਾਮੀ ਮੈਂ ਵੀ ਚਾਹੁੰਦਾ ਸੀ ਵੀ ਜਲੂਸ ਨਾ ਨਿਕਲੇ ਇਹਦੇ ਨਾਲ ਚੰਗਾ ਪਰੇ ਪਰੇ ਹੋ ਜੋ ਹੋ ਗਿਆ ਉਹ ਜੇਲ੍ਹ ਚ ਲੱਗ ਗਿਆ ਉਹਨਾਂ ਦੇ ਪਾਚਾ ਪੈ ਗਿਆ ਉਹ ਅੰਦਰ ਚ ਲੱਗ ਗਿਆ ਤੇ ਮੈਂ ਨਾ ਫਿਰ ਮੈਂ ਹੋਰ ਵੱਧ ਗਿਆ ਉਹਦੇ ਨਾਲ ਉਹ ਟੁੱਟ ਗਿਆ ਟੁੱਟਿਆ ਵੀ ਕਿਉਂ ਉਹ ਅੰਦਰ ਸੀ ਮੈਂ ਬਾਹਰ ਸੀ ਮੈਂ ਪਕੌੜਾ ਸੀ ਕਰਦਿਆਂ ਨੂੰ ਪਾਗਲ ਬਣਾ ਬਣਾ ਕੇ ਵੀ ਮਾਤਾ ਇੰਨੇ ਪੈ ਲੱਗਣੇ ਮੈਂ ਇਹਦੇ ਨਾਲ ਗੱਲ ਕਰ ਲਈ ਜਾਂ ਮੈਂ ਉਹਦੇ ਨਾਲ ਗੱਲ ਕਰ ਲਈ ਆ ਵੀ ਮੈਂ ਬਾਰੋ-ਬਾਰ ਜ਼ਮਾਨਤ ਕਰਾ ਲਊਗਾ ਇਦਾਂ ਹੋਜੂ ਓਦਾਂ ਹੋਜੂ ਮੈਂ ਸਿਗਾ ਪਕੌੜਾ ਕਰਦੇ ਵਿਚਾਰੇ ਪਾਈ ਵੀ ਗਿਆ ਉਹ ਤਾਂ ਲੋਕਾਂ ਨੇ ਵੀ ਬਹੁਤ ਠੱਗਿਆ ਜੀ ਡਰਾ ਕੇ ਕਿਉਂਕਿ ਬੁੜੀਆਂ ਹੀ ਸੀਗੀਆਂ ਕਰ ਇਹਨਾਂ ਨੇ ਕਦੀ ਇਹ ਚੀਜ਼ ਦੇਖੀ ਨਹੀਂ ਸੀਗੀ ਮੇਰਾ ਬਾਪੂ ਵੀ ਸਰਪਖੇਤੀ ਬਾੜੀ ਵਾਲਾ ਬੰਦਾ ਸਾਧ ਜਦੋਂ ਕਹਿਦੀਦਾ ਵੀ ਹਾਂ ਉਹਦੀ ਲੜਾਈ ਝਗੜਾ ਕਦੀ ਕਿਸੇ ਨਾਲ ਹੋਇਆ ਨਹੀਂ ਸੀ ਉਹ ਫਕਰ ਬੰਦਾ ਸੀ ਖੇਤੀਬਾੜੀ ਸੋਹਣੀ ਸੀਗੀ ਵਧੀਆ ਉਹਨੂੰ ਸ਼ੌਂਕ ਸੀ ਕਦੀ ਇਦਾਂ ਲੜਾਈ ਝਗੜਾ ਨਾ ਮੇਰੀ ਦਾਦੀ ਨੇ ਅੱਜ ਤੱਕ ਦੇਖਿਆ ਹੀ ਨਾ ਮਾਂ ਨੇ ਉਹ ਉਹ ਡਰ ਕੇ ਉਹ ਲੋਕਾਂ ਨੇ ਵੀ ਜਿਹੜੇ ਲੋਕ ਸੀਗੇ ਵੀ ਹਾਂ ਅਜੀਬ ਕਰਾ ਦੰਨੇ ਆ ਅਸੀਂ ਐਂ ਕਰਾ ਦਵਾਂਗੇ ਤੇਰੇ ਮੁੰਡੇ ਨੂੰ ਜੇਲ੍ਹ ਨਾ ਜਾਣਾ ਉਹ ਡਰਾ ਕੇ ਜੇ ਤਾਂ ਬੁੜੀਆਂ ਨੂੰ ਤਾਂ ਉਹਨਾਂ ਨੇ ਵੀ ਬਹੁਤ ਬਹਿ ਖਾਦੇ ਚਲੋ ਹੌਲੀ 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 ਮੇਰੀ ਗੱਲ ਹੋ ਗਈ ਉਹਦੇ ਨਾਲ ਸਿੱਧਾ ਹੀ ਫੈਸਲਾ ਹੋ ਗਿਆ ਜਾਂ ਕੁਝ ਵੀ ਕਰਕੇ ਨਾ ਜਮਾਨਤ ਹੋ ਗਈ ਸੋ ਉਧਰੋਂ ਭਰਾ ਆ ਗਿਆ ਬਾਦ ਤੋਂ ਜੇਲ੍ਹ ਚੋਂ ਬਾਹਰ ਤੇ ਜਦੋਂ ਉਹ ਆਇਆ ਨਾ ਥੋੜਾ ਜਿਹਾ ਸਾਡੇ ਚ ਆਪਸੀ ਮੇਲ ਮਲਾ ਘਟ ਗਿਆ ਜੀ ਉਹ ਮੇਰੇ ਤੋਂ ਪਰੇ ਪਰੇ ਰਹਿੰਦਾ ਸੀ ਮੈਨੂੰ ਨਹੀਂ ਪਤਾ ਸੀ ਵੀ ਉਹ ਮੇਰੇ ਤੋਂ ਪਰੇ ਪਰੇ ਕਿਉਂ ਰਹਿ ਰਿਹਾ ਮੈਂ ਸਾਡੇ ਪਿੰਡ ਦੇ ਨਾਲ ਹੀ ਫਿਰਨੀ ਤੇ ਨਾ ਫਟਕ ਲੱਗਦਾ ਉੱਥੇ ਨਾਲ ਨਵਾਂ ਰੈਸਟੋਰੈਂਟ ਸੀ ਬਹੁਤ ਵਧੀਆ ਉੱਥੇ ਮੇਰੇ ਆੜੀ ਨੇ ਉਹ ਰੈਂਟ ਕੀਤਾ ਸੀ ਫਿਰ ਮੈਂ ਪਿੰਡ ਦੇ ਕੋਲ ਹੀ ਰਹਿਣਾ ਹੁੰਦਾ ਸੀ ਉਦਾਂ ਵੀ ਕਾਫੀ ਟਾਈਮ ਪਿੰਡੋਂ ਬਾਹਰ ਰਹਲੇ ਸੀ ਫੇ ਮਹੀਨਾ ਡੇਢ ਮਹੀਨਾ ਮੇਰੀ ਉਹਨਾਂ ਨਾਲ ਆੜੀ ਪੈ ਗਈ ਸੀ ਵੀ ਮੈਂ ਉੱਥੇ ਚਲਾ ਜਾਂਦਾ ਸੀ ਉੱਥੇ ਰਹਿੰਦਾ ਸੀ ਮੈਂ ਤੇ ਇਹ ਪਿੰਡ ਰਹਿੰਦਾ ਸੀ ਪਰ ਹੌਲੀ ਹੌਲੀ ਮੈਨੂੰ ਨਾ ਲੋਕਾਂ ਕੋਲੋਂ ਸੁਣਨ ਚ ਆਇਆ ਵੀ ਤੇਰਾ ਭਰਾ ਇਦਾਂ ਲਾਪਿਆ ਨਸ਼ਾ ਕਰਨ ਵੀ ਝਟਾ ਮਗਾ ਯਾਰ ਇਹ ਕਦੀ ਹੋਈ ਨਹੀਂ ਸਕਦਾ ਝਟਾ ਨਹੀਂ ਵੀ ਹਾਂ ਹੋਰ ਕੋਈ ਕੋਈ ਵੀ ਚੀਜ਼ ਕਿਉਂਕਿ ਝਟਾ ਅਸੀਂ ਦੇਖਿਆ ਸਾਡੇ ਭਰਾ بڑے ਭਰਾ ਵੀ ਯਾਰ ਵੀ ਉਹਨਾਂ ਦੇ ਗਾਂ ਯਾਰ ਵੀ ਵੀ ਇਹ ਚੀਜ਼ ਗੰਦੀ ਆ ਵੀ ਇਹ ਚੀਜ਼ ਨਹੀਂ ਉਹ ਕਰ ਸਕਦਾ ਤੂੰ ਝੂਠ ਬੋਲਦਾ ਚਲੋ ਜੀ ਹੌਲੀ ਹੌਲੀ ਲੱਗ ਗਿਆ ਪਤਾ ਤੇ ਮੈਂ ਨਾ ਉਦਾਂ ਮੈਨੂੰ ਛੇਤੀ ਰੋਣਾ ਨਹੀਂ ਜੀ ਉਹਦਾ ਪਤਾ ਨਹੀਂ ਕੀ ਹੈ ਜਦ ਦਾ ਮੇਰਾ ਬਾਪੂ ਮੁਕਾ ਨਾ ਮੈਂ ਤੋ ਰੋ ਨਹੀਂ ਹੁੰਦਾ ਜੀ ਐਵੇਂ ਝੂਠਾ ਰੋ ਕੇ ਵੀ ਜਾਂ ਕਿਦਾਂ ਪਰ ਮੈਂ ਉਸ ਦਿਨ ਰੋਇਆ ਮੈਂ ਕਿਹਾ ਯਾਰ ਤੂੰ ਸੀਗਾ ਵੀ ਤੇਰੇ ਘਰ ਚ ਤੂੰ ਸੀ ਮੇਰਾ ਬੱਚਾ ਛੱਡ ਵੀ ਚੋ ਚੱਲਦਾ ਪਰ ਕਿਉਂਕਿ ਮੈਨੂੰ ਇੰਨਾ ਮਾਨ ਸੀ ਵੀ ਮੈਂ ਪੈਸੇ ਤਾਂ ਕਮਾਈ ਲੈਣੇ ਆ ਕਿਉਂਕਿ ਮੈਂ ਇਹਨਾਂ ਛੱਟਾ ਨਹੀਂ ਕਰਦਾ ਮੈਂ ਉਹਨੂੰ ਸਮਝਾਇਆ ਵੀ ਤੂੰ ਇਹ ਚੀਜ਼ ਬਾਈ ਛੱਡ ਫੇਰ ਜਦੋਂ ਨਹੀਂ ਸਮਝਿਆ ਐਂਡ ਤੇ ਉਹਨੂੰ ਵਾਰਨ ਕੀਤਾ ਮੈਂ ਕਿਹਾ ਵੀ ਹੁਣ ਦੋ ਚੀਜ਼ਾਂ ਤਰੇ ਕੋ ਜਾਦਾ ਚੱਟਾ ਰੱਖਲਾ ਭਾਈ ਜਾਂ ਫਿਰ ਆਪਣਾ ਭਰਾ ਰੱਖਲਾ ਯਾਰ ਰੱਖਲਾ ਉਸ ਟਾਈਮ ਦੇ ਵਿੱਚ ਮੈਂ ਮੰਨਦਾ ਉਹਨੇ ਚੱਟਾ ਰੱਖਿਆ ਪਰ ਉਹ ਮਜਬੂਰ ਸੀ ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸੀ ਵੀ ਉਹ ਕਿਉਂ ਜਾਂ ਕਿ ਮੇਰੇ ਮਨ 'ਚ ਗੁੱਸਾ ਭਰਨ ਲੱਗ ਪਿਆ ਮੈਂ ਦੂਰ ਰਹਿਣ ਲੱਗ ਪਿਆ ਵੀ ਇਹਨੂੰ ਬੰਦੇ ਨੂੰ ਮੇਰੇ ਨਾਲੋਂ ਵੱਧ ਕੇ ਅਸੀਂ ਜੰਮੇ ਪੜੇ ਇਕੱਠੇ 21 ਥਾਲੀ ਖਾਦਾ ਹਨਾ ਤੇ ਇਹਨੂੰ ਮੇਰੇ ਨਾਲੋਂ ਵੱਧ ਕੇ ਆ ਕੀ ਆ ਆਹ ਕਿਹੜਾ ਨਸ਼ਾ ਆ ਵੀ ਜਿਹਨੇ ਇਹਦਾ ਭਰਾ ਛੜਾਤਾ ਤੇ ਚਲੋ ਉਹ ਉਹਨੇ ਉਹਨੇ ਆਇਆ ਮੇਰੇ ਕੋਲ ਸੌਰੀ ਫੀਲ ਕਰਨ ਨਾ ਮੈਂ ਗਿਆ ਮੈਂ ਪਿੰਡੋਂ ਬਾਹਰ ਰਹਿੰਦਾ ਸੀ ਉਹ ਪਿੰਡ ਜੀ ਉਹ ਇਦਾਂ ਹੀ ਹੌਲੀ-ਹੌਲੀ ਤੁਹਾਨੂੰ ਪਤਾ ਜੀ ਇਹ ਜਿਹੜੀ ਗੱਲ ਆ ਇਦਾਂ ਦੀ ਲੁਕੀ ਨਹੀਂ ਰਹਿੰਦੀ ਰੋਲਾ ਉਹਦਾ ਪੈਣਾ ਜ्यों ਸ਼ੁਰੂ ਹੋਇਆ ਫਿਰ ਹੌਲੀ-ਹੌਲੀ ਮੈਂ ਪਿੱਛੇ ਹੀ ਮੰਗਾ ਚੱਲ ਯਾਰ ਹੁਣ ਜਦ ਅਗਲਾ ਮੂੰਹ ਕਹੇ ਤੇ ਨਹੀਂ ਹਟਿਆ ਉਹਦੀ ਜ਼ਿੰਦਗੀ ਉਹਦੀ ਮਰਜ਼ੀ ਆ ਆਪਣਾ ਵਿੱਚ ਕੋਈ ਹੱਕ ਨਹੀਂ ਸੋ ਨਾ ਮੈਂ ਪਿਆਰ ਕਰਦਾ ਸੀ ਕਿਸੇ ਨੂੰ ਵਿੱਚੇ ਚੱਲੀ ਜਾਂਦਾ ਸੀ ਉਹ ਵੀ ਹਨਾ ਤੇ ਉਹ ਨਾ ਬੰਦਾ ਉਸਕ ਟਾਈਮ ਤੇ ਉਹ ਉਹ ਵੀ ਮੇਰੇ ਨਾਲ ਚੀਟ ਕਰਨ ਲੱਪਿਆ ਸੀ ਪਤਾ ਨਹੀਂ ਕਿਉਂ ਕਾਫੀ ਕਰਦਾ ਸੀ ਮੈਂ ਵੀ ਯਾਨੀ ਕਿ ਨੀਂਦ ਨਹੀਂ ਆਉਣੀ ਐਦਾਂ ਦੀਆਂ ਚੀਜ਼ਾਂ ਮੇਰੇ ਨਾਲ ਹੁੰਦੀਆਂ ਬਹੁਤ ਭਲੇੜ ਮਾਰਿਆ ਜੀ ਮੈਂ ਵੀ ਇਹ ਨਹੀਂ ਮੈਂ ਭਲੇੜ ਨਹੀਂ ਮਾਰਿਆ ਜਾਂ ਇਹ ਪੁੱਠੇ ਸਿੱਧੇ ਕੰਮ ਨਹੀਂ ਕੀਤੇ ਆ ਕੀਤਾ ਬਹੁਤ ਬਹੁ ਨੀਵਾ ਦੇ ਕੇ ਕਿਸੇ ਨੂੰ ਪਿਆਰ ਕੀਤਾ ਅਸੀਂ ਪਰ ਉਹ ਉਸ ਇਨਸਾਨ ਨੇ ਕਦਰ ਨਹੀਂ ਪਾਈ ਤੁਸੀਂ ਜਦੋਂ ਨਾ ਉਸ ਇਨਸਾਨ ਨੇ ਮੈਨੂੰ ਫੋਟੋ ਸੈਂਡ ਕੀਤੀ ਜੂੜਾ ਜੂੜਾ ਪਾਇਆ ਜੂੜੇ ਵਾਲੀ ਬਾਹ ਦੀ ਨਾ ਮੈਂ दारू ਮੈਜਿਕ ਮੂਵਮੈਂਟ ਦੀ ਜਿਹੜੀ ਬੋਤਲ ਹੁੰਦੀ ਉਹ ਡੇਢ ਬੋਤਲ ਘੱਟੋ ਘੱਟ ਅਸੀਂ ਦੋ ਜਣਿਆਂ ਨੇ ਪੀਤੀ ਸੀ ਤੇ ਸਵੇਰ ਨੂੰ ਹੀ ਡੋਡੇ ਫੀਮ ਸਰਖਾ ਤਾਂ ਡੇਲੀ ਚੱਲਦਾ ਸੀ ਸਾਡਾ ਚਿੱਟਾ ਹੀ ਨਹੀਂ ਸੀ ਤੇ ਜਿਹੜਾ ਮੁੰਡੇ ਦਾ ਰੈਸਟੋਰੈਂਟ ਸੀ ਉਹ ਖੁਦ ਪਹਿਲਾਂ ਐਡਿਕਟ ਸੀਗਾ ਚਿੱਟਾ ਪੀਂਦਾ ਸੀ ਉਸ ਬੰਦੇ ਨਾਲ ਮੈਂ ਯਾਰੀ ਲਾਈ ਸਾਡੀ ਚਲੋ ਪਹਿਲਾਂ ਘਟ ਸੀ ਹੌਲੀ ਹੌਲੀ ਕਿਸੇ ਬੰਦੇ ਦਰੂ ਮੈਨੂੰ ਬੰਦਾ ਘੈਂਟ ਲੱਗਣ ਲੱਪਿਆ ਮੈਂ ਕਿਹਾ ਯਾਰ ਤੇਰਾ ਇੰਨਾ ਵਧੀਆ ਕੰਮ ਚੱਲਦਾ ਬਾਈ ਤੂੰ ਚਟਾ ਛੱਡ ਉਹਨੂੰ ਮੈਂ ਪਿੰਡੇ ਹੀ ਆਪਣੇ ਜੈਮ ਜਿੱਦਾਂ ਉਹਦੀ ਬੈਕ ਸਾਈਡ ਤੇ ਸਾਡਾ ਪੈਂਡ ਸੀ ਪਿੰਡੋਂ ਬਾਹਰ ਫੇਰਨੀ ਤੇ ਜੈਮ ਮੈਂ ਵੀ ਲਾਉਂਦਾ ਸੀ ਮੈਂ ਉਹਨੂੰ ਵੀ ਮੈਂ ਕਿਹਾ ਚੱਲ ਲੈ ਪਟੇ ਚੱਕ ਵੀ ਤੂੰ ਮਿਹਨਤ ਲਾਉਣੀ ਮੇ ਨਾਲ ਰਹਿੰਦੇ ਦਿਨ ਪਰ ਉਸ ਦਿਨ ਰਾਤ ਨੂੰ ਜਦੋਂ ਉਸ ਦਿਨ ਰਾਤ ਨੂੰ ਨਾ ਮੇਰਾ ਬਹੁਤ ਦਿਲ ਕਰ ਰਿਹਾ ਸੀ ਵੀ ਯਾਰ ਇਹ ਕਿਹੜੀ ਚੀਜ਼ ਆ ਵੀ ਹੁਣ ਮੈਨੂੰ ਆਹੀ ਸਾਰਾ ਵੀ ਮੈਂ ਮਰ ਗਿਆ ਮੇਰਾ ਸਭ ਕੁਝ ਖਤਮ ਹੋ ਗਿਆ ਹੁਣ ਜਦੋਂ ਹੀ ਨਹੀਂ ਰਹੀ ਜਾਂ ਫਲਾਨਾ ਹੁਣ ਤਾਂ ਸਭ ਕੁਝ ਹੋ ਗਿਆ ਕਿਉਂਕਿ ਪਹਿਲਾਂ ਪਹਿਲਾਂ ਤੁਹਾਨੂੰ ਵੀ ਪਤਾ ਝੂਠ ਵੀ ਹੁੰਦਾ ਵੀ ਕਾਫੀ ਟਾਈਮ ਤੋਂ ਹੀ ਮੈਨੂੰ ਇਹ ਚੀਜ਼ਾਂ ਮੈਂ ਇਦਾਂ ਮੇਰਾ ਇੱਧਰ ਹੋ ਗਿਆ ਮੈਂ ਇਦਾਂ ਮੈਂ ਤੇਰੇ ਨਾਲ ਨਹੀਂ ਮੈਨੂੰ ਲੱਗਦਾ ਸੀ ਵੀ ਹਾਸਾ ਮਜ਼ਾਕ ਘੜੀ ਘੰਟੇ ਦਾ 2 ਘੰਟਿਆਂ ਦਾ ਗੁੱਸਾ ਹੁੰਦਾ ਹੈ ਨਾ ਜਦੋਂ ਪਰ ਜੇ ਇਸ ਟਾਈਮ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਵੀ ਯਾਰ ਤੂੰ ਸਾਰੀ ਫੈਮਿਲੀ ਨੂੰ ਮੜਾਈ ਬੈਠਾ ਹਣਾ ਤੇ ਤੇਰੇ ਸਾਰੇ ਸ਼ਹਿਰ ਨੂੰ ਪਤਾ ਤੇ ਉਹ ਬੰਦਾ ਜਿਹ ਤੈਨੂੰ ਇਨਸਾਨ ਝੂੜੇ ਦੀਆਂ ਫੋਟੋਆਂ ਭੇਜ ਰਿਹਾ ਟੁੱਟਦਾ ਬੰਦਾ ਮੇਰਾ ਬਹੁਤ ਦਿਲ ਕੀਤਾ ਮੈਂ ਯਾਰ ਮਰਾਂ ਕੀ ਕਰਾਂ ਮੈਂ ਉਸ ਮੁੰਡੇ ਨੂੰ ਨਾ ਉਹ ਪਹਿਲਾਂ ਪੀਂਦਾ ਸੀ ਉਹਦੇ ਹੱਥ 'ਚ ਸੀਗੇ ਡੀਲਰ ਸਾਰੇ ਮੈਂ ਜੀ ਚਾਹੁੰਦਾ ਸੀ ਉਸ ਦਿਨ ਕਿਉਂਕਿ ਬਾਕੀ ਦਾ ਸਾਰੀ ਨਸ਼ਾ ਮੈਂ ਕਰੀ ਜਾਂਦਾ ਸੀਗਾ ਮੈਡੀਕਲ ਨਸ਼ਾ ਵੀ ਕਰ ਲੈਂਦਾ ਸੀ ਡੋਟੇ ਫੀਮ ਸ਼ਰਾਬ ਵੀ ਬਹੁਤ ਪੀਤੀ ਪਰ ਉਸ ਦਿਨ ਇੰਨੀ दारू ਪੀਣ ਦੇ ਬਾਵਜੂਦ ਜਾਂ ਇੰਨਾ ਪਹਿਲਾਂ ਨਸ਼ਾ ਕਰਨ ਦੇ ਬਾਵਜੂਦ ਵੀ ਮੈਂ ਪੈਰਾਂ ਤੇ ਖੜਾ ਨਹੀਂ ਤਾਂ ਅਸੀਂ ਤਾਂ ਜੀ ਡੈਗਦੇ ਸੀ ਜਦ ਤੱਕ ਡੇਗਦੇ ਨਹੀਂ ਸੀ ਹਟਦੇ ਨਹੀਂ ਸੀ ਪੀਣੋਂ ਉਸ ਦਿਨ ਜਾਂ ਤਾਂ ਟੈਨਸ਼ਨ ਜਾਂ ਥੋੜਾ ਦਿਲ ਹੋ ਗਿਆ ਕਰਕੇ ਹੈ ਨਾ ਮੈਨੂੰ ਇਦਾਂ ਆਪਣੇ ਆਪ 'ਚ ਲੱਗੀ ਜਾਂਦਾ ਵੀ ਯਾਰ ਮੈਨੂੰ ਇੰਨੀ ਨਸ਼ਾ ਹੋਇਆ ਮੈਨੂੰ ਨਸ਼ਾ ਚਾਹੀਦਾ ਮੈਨੂੰ ਨਸ਼ਾ ਚਾਹੀਦਾ ਕੁਝ ਵੀ ਹੋਵੇ ਹੁਣ ਕਿਤੇ ਨਾ ਕਿਤੇ ਰੱਬ ਜਾਣੇ ਵੀ ਉਸ ਇਨਸਾਨ ਦੇ ਦਿਲ 'ਚ ਮੈਲ ਸੀ ਜਾਂ ਨਹੀਂ ਸੀ ਚਲੋ ਮੈਂ ਤਾਂ ਉਹਦਾ ਛੜਾਇਆ ਹੀ ਸੀ ਉਹਨੂੰ ਚੰਗੇ ਪਾਸੇ ਲਾਇਆ ਸੀ ਉਹਦਾ ਕਾਰੋਬਾਰ ਵਧੀਆ ਸਾਰਾ ਕੁਝ ਸੈੱਟ ਸੀ ਵਧੀਆ ਹੋਟਲ ਵੀ ਚੱਲ ਪਿਆਈ ਉਹਦਾ ਮੈਂ ਚਾਹੁੰਦਾ ਸੀ ਵੀ ਇਹ ਬੰਦਾ ਮੈਨੂੰ ਲਿਆ ਕੇ ਸਮਾਨ ਲਵਾਵੇ ਪਰ ਮੈਂ ਇਹ ਵੀ ਚਾਹੁੰਦਾ ਸੀ ਵੀ ਉਹ ਕਿਤੇ ਉਹਦਾ ਨਾਂ ਨਾ ਜਾਵੇ ਵਿੱਚ ਵੀ ਉਹਨੂੰ ਇਹ ਨਾ ਪਤਾ ਲੱਗ ਜਵੇ ਵੀ ਮਨੀ ਸਿੱਧਾ ਹੀ ਡਾਇਰੈਕਟਰ ਚਿੱਟੇ ਨੂੰ ਕਹਿ ਰਿਹਾ ਉਹਦੇ ਵਿੱਚ ਵੀ ਨਾ ਉਹ ਮਾੜਾ ਬੰਨਾ ਚਾਹੁੰਦਾ ਸੀ ਨਾ ਮੈਂ ਉਸ ਦਿਨ ਮੈਂ ਉਹਨੂੰ ਕਹੀ ਜਾਮਾ ਵੀ ਯਾਰ ਮੈਨੂੰ ਕੁਛ ਇਦਾਂ ਦੀ ਚੀਜ਼ ਦੇ ਦੇ ਜਿਤੇ ਨਾ ਮੈਨੂੰ ਇਹ ਚੀਜ਼ ਭੁੱਲੇ ਵੀ ਮੈਂ ਜਾ ਮਰ ਜਾਣਾ ਕਿਉਂਕਿ ਪਿੱਛੇ ਲੈਣਾ ਸੀ ਗਿਆ ਪਟਰੀ ਮੈਂ ਉਹਨੂੰ ਬਹੁਤ ਧਮਕੀਆਂ ਦਿੱਤੀਆਂ ਵੀ ਜਾਨੀ ਕਿ ਹਾਂ ਵੀ ਉਹਦਾ ਵੀ ਕੋਈ ਕਸੂਰ ਨਹੀਂ ਬਟ ਉਹਦਾ ਕਸੂਰ ਹੈ ਵੀ ਚਾਹੁੰਦਾ ਤਾਂ ਕਿਤੇ ਨਾ ਕਿਤੇ ਉਹ ਵੀ ਸੀਗਾ ਨਹੀਂ ਤਾਂ ਕਿੱਡਾ ਸੀ ਮੈਂ ਤੋ ਦੋਗਣਾ ਸੀ ਸੀਤਜ ਮੇਰੇ ਚਾਰ ਚੇੜਾ ਮਾਰ ਕੇ ਰੋਗ ਵੀ ਸਕਦਾ ਸੀ ਪਰ ਨਹੀਂ ਉਹ ਬੰਦੇ ਨੇ ਲਿਆਤਾ ਉਹ ਜਦੋਂ ਪੀਤੀਆਂ ਦੋਲਨਾ ਹੁੱਥੂ ਜਿਹਾ ਆਇਆ ਵੀ ਜਦਾਂ दारू-ਦਰੂ ਨਿਕਲ ਗਈ ਸਭ ਕੁਝ ਫ੍ਰੀ ਹੋ ਗਿਆ ਫਿਰ ਜਦੋਂ ਨਾ ਉਹ ਚੀਜ਼ੇ ਨਸ਼ਾ ਕੀਤਾ ਫਿਰ ਮੈਨੂੰ ਇਦਾਂ ਲੱਗਣ ਲੱਗ ਪਿਆ ਵੀ ਯਾਰ ਮੈਂ ਇੰਨੇ ਸਾਲ ਆਪਣਾ ਐਕਸਪੀਰੀਅੰਸ ਆਦਾ ਤਾ ਨੂੰ ਮੈਨੂੰ ਲੱਗਾ ਯਾਰ ਮੈਂ ਇੰਨੇ ਸਾਲ ਤਾਂ ਪਤਾ ਨਹੀਂ ਕਿੱਥੇ ਉਤਰੀ ਫਿਰਿਆ ਜ਼ਿੰਦਗੀ ਦਾ ਇਹ ਵੀ ਤੇ ਨਾਲ ਦੀ ਚੀਜ਼ ਹੀ ਹੈਨੀ ਇੰਨਾ ਸਕੂਨ ਪਰ ਉਹ ਸਕੂਨ ਤਾਂ ਬੰਦੇ ਦੀ ਮੌਤ ਵੀ ਬਣ ਜਾਂਦਾ ਕਈ ਵਾਰ ਹਨਾ ਉਹ ਸਕੂਨ ਲੈਂਦੇ ਰਹਿ ਚਲੋ ਲਾਗੇ ਪਿੰਡੋਂ ਵੀ ਮਿਲਦਾ ਸੀ ਹੋਰ ਵੀ ਪਾਸਿਆਂ ਤੋਂ ਮੈਨੂੰ ਪਤਾ ਨਹੀਂ ਸੀ ਮੈਂ ਕਿਹ 딜ਰ ਨੂੰ ਨਹੀਂ ਜਾਣਦਾ ਸੀ ਉਹਨੇ ਜਦੋਂ ਲਿਆਂਦਾ ਫਿਰ ਉਹਨੂੰ ਮੈਂ ਰੋਜ਼ ਇਸ ਵੀਰ ਨੂੰ ਜਦੋਂ ਮਾੜੀ ਮੋਟੀ ਜਿਆ ਮਦਦ ਨਹੀਂ ਦੁਪਹਿਰ ਕਾਨੂੰਨਾਂ ਮੇਰੇ ਵੀ ਉੱਠਣਾ ਵੀ ਅਪੀਲ ਆਨੇ ਹਫਤਾ ਖੰਡ ਜਾਂ ਤੱਕ ਵਿਆਹ ਨਹੀਂ ਉਹਦਾ ਹੁੰਦਾ ਉਹਨਾਂ ਨੇ ਵੀ ਆ ਬਾਕੀ ਬਾਅਦ ਚ ਦੇਖਾਂਗੇ ਹੌਲੀ ਹੌਲੀ ਭੁੱਲਣ ਦੀ ਕੋਸ਼ਿਸ਼ ਕਰਾਂਗੇ ਵੀ ਇੰਨੀ ਛੇਤੀ ਤਾਂ ਨਹੀਂ ਵੀ ਉਹ ਚੀਜ਼ ਨਾਲ ਭੁੱਲਿਆ ਜਾਂਦਾ ਹੌਲੀ ਹੌਲੀ ਪੀਂਦਾ 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 ਜੀ ਉਹਦਾ ਵੀ ਆਦੀ ਹੋ ਗਿਆ ਫੇਰ ਤੁਸੀਂ ਇਹ ਇਹ ਹਿਸਾਬ ਲਾਓ ਵੀ ਯਾਰ ਮੈਂ 3.5-4 ਸਾਲ ਕੀਤਾ ਪਹਿਲਾਂ 2 ਘੰਟੇ ਪੀਤਾ ਨਾਰਮਲ ਪੇਪਰ ਤੇ ਸੰਗ ਕੇ ਜਿਹਨੂੰ ਕਹ ਦਿੰਦੇ ਹਨਾ ਫਿਰ 3.5 ਸਾਲ ਟੀਕੇ ਲਾਏ ਟੀਕੇ ਐਸ ਹੱਦ ਤੱਕ ਲਾਏ ਹਨਾ ਵੀ ਕੋਈ ਨਾੜ ਨਹੀਂ ਛੱਡੀ ਸੀ ਉੱਪਰੋਂ ਬਾਡੀ ਚੋਂ ਤੇ ਕੋਈ ਨਾੜ ਨਹੀਂ ਛੱਡੀ ਨਾੜਾਂ ਤਕਰੀਬਨ ਬੰਦ ਸੀ ਸਾਰੀਆਂ ਬੰਦ ਹੋ ਗਈਆਂ ਸੀ ਇੰਨਾ ਕੁ ਜ਼ਿਆਦਾ ਡਿਗਿਆ ਵੀ ਕਿ ਗਿਆ ਨਾ ਵੀ ਤੁਸੀਂ ਸੋਚ ਨਹੀਂ ਸਕਦੇ ਆਪਣੇ ਘਰ ਚ ਚੋਰੀਆਂ ਚਗਾਰੀਆਂ ਵੀ ਥੋੜੀਆਂ ਬਹੁਤੀਆਂ ਜਿੰਨਾ ਟਾਈਮ ਨਹੀਂ ਪਤਾ ਲੱਗਦਾ ਕੀਤੀਆਂ ਹੌਲੀ ਹੌਲੀ ਠੀਕ ਆ ਕਰਦਿਆਂ ਨੂੰ ਕਦੀ ਕਿੱਦਾਂ ਪਾਗਲ ਬਣਾਈ ਜਾਣਾ ਕਦੀ ਕੋਸ਼ਿਸ਼ ਕਰੀ ਜਾਣਾ ਉਸ ਤੋਂ ਬਾਅਦ ਨਾ ਐਸਾ ਟਰਨਿੰਗ ਪੁਆਇੰਟ ਆਇਆ ਤਾਂ ਮੇਰੇ ਫਰੈਂਡ ਸਿਗੇ ਉਹਨਾਂ ਨੇ ਨਾ ਆਪਣਾ ਸੈਂਟਰ ਕੀਤਾ ਸੀ ਫੋਬੋ ਵਾਲਾ ਔਜਲੇ ਉਹਨਾਂ ਦਾ ਆਪਣਾ ਸੈਂਟਰ ਸੀ ਉਹ ਬੰਦੇ ਮੈਨੂੰ ਮਨਾਲੀ ਮਿਲੇ ਸੀ ਇੱਕ ਵਾਰ ਬਹੁਤ ਟਾਈਮ ਪਹਿਲਾਂ ਮੈਂ ਘੁੰਮਣ ਗਿਆ ਸੀ ਮੇਰੇ ਵਧੀਆ ਫਰੈਂਡ ਸਿਗੇ ਉਹਨਾਂ ਬੰਦਿਆਂ ਨੇ ਉਸ ਦਿਨ ਮੇਰਾ ਹਾਲ ਦੇਖ ਕੇ ਮੈਂ ਉੱਥੇ ਵੀ ਨਸ਼ਾ ਕਰ ਰਿਹਾ ਸੀ ਉਹਨਾਂ ਬੰਦਿਆਂ ਨੇ ਮੇਰਾ ਹਾਲ ਦੇਖ ਕੇ ਮੈਨੂੰ ਇੰਨੀ ਗੱਲ ਕਹੀ ਸੀਗੀ ਵੀ ਯਾਰ ਜੇ ਤੂੰ ਸਾਨੂੰ ਸੱਚੀ ਫਰੈਂਡ ਮੰਨਦਾ ਨਾ ਇਹ ਚੀਜ਼ ਨੂੰ ਛੱਡ ਦੇ ਪਰ ਅਮਲੀ ਕਿਥੇ ਮੰਨਦਾ ਜਦੋਂ ਦਫਾ ਉਹ ਜਦੋਂ ਮੇਰੇ ਭਰਾ ਨੇ ਮੈਨੂੰ ਜੜਤਾਂ ਮਗਾ ਇਦਾਂ ਦੀ ਆਉਂਦੀ ਜਾਂਦੀ ਜਾਂਦੀ ਹੈ 11 2 36 ਪੈ ਜਾਣੀਆਂ ਕਰੀ ਜਦੋਂ ਮੇਤਰਾ ਆਹੀ ਚੀਜ਼ ਹੈ ਸਭ ਕੁਝ ਚਲੋ ਕਰੀ ਗਏ ਪਰ ਉਹਨਾਂ ਨੇ ਮੈਨੂੰ ਵਾਰਨ ਕੀਤਾ ਸੀ ਵੀ ਮੇਤਰਾ ਜਿੱਦਿਆਂ ਡੇਕੇ ਆ ਗਿਆ ਜਾਂ ਜਿੱਦਿਆਂ ਅਸੀਂ ਸਧਾਰਨ ਤੇ ਆ ਗਏ ਤਾਂ ਤੈਨੂੰ ਸੁਧਾਰਾਂਗੇ ਤਾਂ ਮੋੜ ਕੇ ਨਾ ਨਹੀਂ ਲੈਣਾ ਮੈਂ ਕਿਹਾ ਐਵੇਂ ਹੀ ਬਵਾਦ ਕਰੀ ਜਾਂਦੇ ਇਦਾਂ ਕੋਣ ਲਾਜੂ ਚੱਕੇ ਸੋ ਕਰੀ ਉਸ ਤੋਂ ਬਾਅਦ ਵੀ ਕੀ ਆਈ ਗਿਆਂ ਕਰੀ ਗਿਆਂ ਕਰੀ ਗਿਆਂ ਉਹਨਾਂ ਦਾ ਪਤਾ ਨਹੀਂ ਕਿੱਦਾਂ ਮੇਰੇ ਘਰਦਿਆਂ ਨਾਲ ਕਨੈਕਟ ਹੋ ਗਿਆ ਮ ਬਹੁਤ ਹੋ ਗਿਆ ਸੀ ਬਹੁਤ ਜ਼ਿਆਦਾ ਹੋ ਗਿਆ ਸੀ ਉਹ ਜਿੱਦਨ ਮੈਨੂੰ ਆਏ ਆ ਉਸ ਤੋਂ 2 ਦਿਨ ਪਹਿਲਾਂ ਮੈਂ ਸਾਡੇ ਨਾ ਜਿੱਦਾਂ ਜਗਾ ਬਾਬਿਆਂ ਦੀ ਆਪਣੀ ਸਿੱਖਾਂ ਜੀ ਦੀ ਹੁੰਦੀ ਆਮ ਨਾ ਉਸ ਜਗਾ ਤੇ ਨਾ ਮੈਨੂੰ ਰੋਜ਼ ਹੀ ਜਿੱਦਾਂ ਬੁੜੀਆਂ ਦਾ ਦਿਮਾਗ ਪਤਾ ਹੀ ਆ ਤੁਹਾਨੂੰ ਫੋਟੋ ਸੌਂ ਖਾਲਾ ਤੂੰ ਮੁੜ ਕੇ ਨਹੀਂ ਕਰਨਾ ਤੂੰ ਸੌਂ ਖਾਲਾ ਤੂੰ ਮੁੜ ਕੇ ਨਹੀਂ ਕਰਨਾ ਉੱਥੇ ਮੈਂ ਜਗਾ ਤੇ ਗਿਆ ਤਾਂ ਮੈਂ ਕੋਠੇ ਦੇ ਉੱਪਰ ਚੜ ਗਿਆ ਸਿਆਲਾਂ ਦਾ ਟਾਈਮ ਸੀ ਕੋਠੇ ਦੇ ਉੱਪਰ ਚੜ ਕੇ ਨਾ ਮੈਂ ਜੀ ਇੰਜੈਕਟ ਕਰ ਲਿਆ ਤੇ ਉਹ ਨਸ਼ਾ ਕਿਤੇ ਵਧੀਆ ਵੀ ਸੀਗਾ ਅੱਗੇ ਮਾੜਾ ਹੁੰਦਾ ਇਦਾਂ ਹੀ ਹੁੰਦਾ ਹੁੰਦਾ ਜੀ ਉਹ ਨਾ ਸ਼ਾਇਦ ਤੇ ਵਧੀਆ ਸੀ ਮੈਂ ਵੱਧ ਪਾ ਕੇ ਲਾ ਲਿਆ ਸੋ ਮੈਨੂੰ ਮੇਰਾ ਭਰਾ ਮੋਰੀ ਦੇਸ ਰਿਆ ਬੈਠਾ ਛੋਟਾ ਸੀ ਉਦੋਂ ਤੇ ਮੈਨੂੰ ਪਹਿਲਾ ਝਟਕਾ ਵੱਜਿਆ ਵੀ ਮੈਨੂੰ ਲੱਗਣ ਲੱਗ ਪਿਆ ਵੀ ਹੁਣ ਮੈਂ ਹੈ ਨਹੀਂ ਦੋ ਝਟਕੇ ਲੱਗੇ ਐ ਇੱਕਦਮ ਹੀ ਤੇਜ਼ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਜਾਗ ਆਈ ਹੈ ਨਾ ਤਾਂ ਮੈਂ ਜੀ ਮੇਰਾ ਭਰਾ ਉਹਦੀ ਹੁਣ ਡੈਥ ਹੋ ਚੁੱਕੀ ਆ ਤੇ ਉਹਦੇ ਪੱਟਾਂ ਦੇ ਵਿੱਚ ਉੱਠਿਆ ਖੜਾ ਹੋਇਆ ਆਲੇ ਦੁਆਲੇ ਕਿੰਨੇ ਪਿੰਡ ਦੇ ਹੋਣੇ ਆ ਮੇਰਾ ਇਧਰੋਂ ਯਾਨੀ ਕਿ ਜਿੱਥੇ ਮੇਰਾ ਘਰ ਆਲੇ ਦੁਆਲੇ ਦੇ ਕਾਫੀ ਘਰ ਹੁਣ ਇਹ ਉਹਨਾਂ ਵਿੱਚੋਂ ਕਈ ਚਲੋ ਖੜੇ ਦੇਖਦੇ ਸੀ ਵੀ ਕਿਦਾਂ ਕਰੀਏ ਕਿਉਂਕਿ ਮੈਨੂੰ ਪਹਿਲਾਂ ਡਾਕਟਰ ਆਇਆ ਜਦੋਂ ਇਹਨਾਂ ਨੇ ਰੌਲਾ ਪਾਇਆ ਛੋਟੇ ਭਰਾ ਨੇ ਵੀ ਭਾਜੀ ਐ ਹੋ ਗਿਆ ਹਨਾ ਡਾਕਟਰ ਆਇਆ ਡਾਕਟਰ ਹੱਥ ਖੜੇ ਕਰ ਗਿਆ ਕਹਿੰਦਾ ਵੀ ਨਹੀਂ ਮੁੰਡਾ ਨੀਲਾ ਪੈ ਗਿਆ ਵੀ ਜਵਾਬ ਹੀ ਆ ਤੁਸੀਂ ਦੇਖ ਲਓ ਵੀ ਸ਼ਹਿਰ ਜਾਣ ਵਾਲਾ ਵੀ ਹੈ ਨਹੀਂ ਸੋ ਹੁਣ ਮੇਰਾ ਭਰਾ ਜਿਹੜਾ ਉਹ ਵੀ ਐਡਿਕਟ ਸੀਗਾ ਉਹ ਉਦੋਂ ਉਹਨੂੰ ਜਦੋਂ ਪਤਾ ਲੱਗਾ ਵੀ ਇੱਧਰੋਂ ਭੱਜ ਜਾਂਦੇ ਮਰੀ ਹੋ ਗਿਆ ਉਹ ਬੰਦਾ ਸੀਗਾ ਉਹ ਚਲੋ ਉਹਨੂੰ ਟਾਈਮ ਹੋ ਗਿਆ ਸੀ ਕਰਦੇ ਇਹਨੂੰ ਉਹ ਆਇਆ ਜਦੋਂ ਇਹਨਾਂ ਸਾਰਿਆਂ ਨੇ ਜਵਾਬ ਦਿੱਤਾ ਜੋ ਉਹਨਾਂ ਦੇ ਡਾਕਟਰ ਨੇ ਉਹ ਇਨਸਾਨ ਆਇਆ ਜੀ ਤੇ ਜਦੋਂ ਮੈਨੂੰ ਜਾਗਿਆ ਮੈਂ ਉਹਦੇ ਪੱਟਾਂ 'ਚ ਸੀ ਤਾਂ ਉਹ ਨਾ ਜੁੱਤੀ ਚਮੜੇ ਦੀ ਮੇਰੇ ਮਾਰਨ ਡਿਆ ਸੀ ਤੇ ਉਹਦਾ ਮੂੰਹ ਨਾਲ ਮੂੰਹ ਜੁੜ ਕੇ ਜਿਹੜਾ ਪੰਪ ਕਰਦੇ ਆਪਾਂ ਉਹਨੇ ਕਰਕੇ ਛੱਤੀ ਜੁੱਤੀ ਕੁੱਟ ਕੇ ਐਦਾਂ ਉਹਨੇ ਮੈਨੂੰ ਠਾਲ ਲਿਆ ਜੀ ਘਰ ਦੇ ਮਾਤਾ ਮੇਰੀ ਮੂਹਰੇ ਬੈਠੀ ਹੈ ਡੱਬ ਬਨੇ ਜੇ ਤੇ ਕਿਉਂਕਿ ਖੱਤੇ ਜਿਹੜਾ ਡੱਪਿਆ ਉੱਪਰੋਂ ਥੱਲੇ ਡੱਪਿਆ ਹੀ ਮੈਂ ਬਚਾ ਮੇਰਾ ਐਦਾਂ ਹੋ ਗਿਆ ਸੀ ਵੀ ਥੱਲੇ ਪਾਣੀ ਨਹੀਂ ਲੱਗਦਾ ਸੀ ਪਾਣੀ ਲੱਗਣ ਡਿਆ ਚਟਾਲੇ ਨੂੰ ਖੱਤਾ ਪੋਲਾ ਸੀ ਉਹ ਡਿਗੜ ਕਰਕੇ ਮੇਰਾ ਬਚਾ ਹੋ ਗਿਆ ਵੀ ਮੇਰੇ ਕੋਈ ਸੱਟ ਚੋਟ ਜ਼ਿਆਦਾ ਭੈੜੀ ਨਹੀਂ ਲੱਗੀ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤਾਂ ਉਹ ਉਹਦੀ ਗੋਦੀ 'ਚ ਆਲੇ-ਦੁਆਲੇ ਲੋਕ ਆ ਕੋਈ ਇੱਦਾਂ ਖੜਾ ਕੋਈ ਕੱਦਾਂ ਕਰਕੇ ਜੀ ਲਾਗੀ ਕੋਈ ਨਹੀਂ ਆ ਸਹੀਏ ਕੋਸ਼ਿਸ਼ ਕਰ ਇਨਸਾਨ ਸਕੇ ਵੀ ਲੱਗੇ ਚਲੋ ਆਪਾਂ ਇਹ ਨਹੀਂ ਕਹਿੰਦੇ ਪਰ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਸੀ ਵੀ ਕਦਾਂ ਠਾਲਣਾ ਇਹਨੂੰ ਇਹਦੀ ਕਦਾਂ ਸੈਟਿੰਗ ਹੋਣੀ ਆ ਭਰਾ ਆਇਆ ਜੀ ਉਹਨੇ ਮੈਨੂੰ ਲਾਇਆ ਗੱਲਣਾ ਲੈ ਗਿਆ ਪਿੰਡ ਨੂੰ ਉਸ ਤੋਂ ਬਾਅਦ ਫੇਰ ਇੱਕ ਦੋ ਦਿਨ ਘਰ ਦਵਾਹ ਖੈਲੀ ਪਰ ਕਿੱਥੇ ਹਟਦਾ ਮੰਨ ਉਸ ਤੋਂ ਬਾਅਦ ਫੇਰ ਕੀਤਾ ਮੈਂ ਕਰਕੇ ਹੋ ਗਿਆ ਜਿਆਦਾ ਉਹਦੋਂ ਫੇਰ ਕਿਤੇ ਕਰਦਿਆਂ ਨੇ ਦੁਖੀ ਹੋ ਗਏ ਉਹਨਾਂ ਨੂੰ ਕੀਤਾ ਫੋਨ ਉਹ ਆ ਗਿਆ ਲੈ ਗਿਆ ਜੀ ਚੱਕੇ ਉਹ ਚੱਕ ਕੇ ਲੈ ਗਿਆ ਤਾਂ ਮੈਂ ਇਹ ਜੀ ਮੈਂ ਕਿਹਾ ਚਲੋ ਮਹੀਨਾ ਲਵਾ ਦੂਗਾ ਕਰਦੇ ਬਾਤੋਂ ਬਾਤ ਦੋ ਮਹੀਨੇ ਲਵਾ ਦੂਗਾ ਇਦੋਂ ਪਰ ਉਹਨਾਂ ਨੇ ਟਾਈਮ ਨਹੀਂ ਲਵਾਉਣਾ ਮੈਂ ਜਾ ਕੇ ਐ ਕਰ ਦੇਣਾ ਮੈਂ ਜਾ ਕੇ ਉਹ ਕਰ ਦੇਣਾ ਅਕਲ ਦਊਂਗਾ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੇ ਮੈਨੂੰ ਸੈਂਟਰ ਕਿਉਂ ਚਾ? ਤੇ ਬੜਾ ਗੁੱਸਾ ਮਨ ਵਿੱਚ ਉੱਥੇ ਨਾ ਜੀ ਮੈਂ 9 ਮਹੀਨੇ ਰਿਹਾ 9 ਆ ਮਹੀਨੇ ਦੇ ਵਿੱਚ ਮੇਰਾ ਐਕਸਪੀਰੀਅੰਸ ਕੀ ਸੀਗਾ ਵੀ ਮੈਨੂੰ ਤਿੰਨ ਮਹੀਨੇ ਦਾ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਸੂਰਜ ਕਿੱਧਰਲੇ ਪਾਸੇ ਚੜਨ ਡਿਆ ਤੇ ਕਿੱਧਰਲੇ ਪਾਸੇ ਡੁੱਬਣ ਡਿਆ ਵੀ ਮੈਂ ਘਰ ਆ ਜਿੱਥੇ ਸੈਂਟਰ ਜਿਆ ਕਿਹੜੀ ਦਿਸ਼ਾ ਆ ਕੀ ਆ ਕੀ ਨਹੀਂ ਕੁਝ ਨਹੀਂ ਪਤਾ ਸੀ ਜੀ ਬਸ ਇੰਨਾ ਸੀ ਦੋ ਚਾਰ ਕਿਲੀਆਂ ਤੇ ਬਾਰਡਰ ਗਾਡਰ ਵਾਲੇ ਜਿਹੜੇ ਉਹਨਾਂ ਨੂੰ ਗਿਣੀ ਜਾਣਾ ਰੋਜ਼ ਸ਼ੁਰੂ ਤੋਂ ਐਦਾਂ ਟਾਈਮ ਪਾਸ ਹੁੰਦਾ ਉੱਥੇ ਚਲੋ ਇੰਨਾ ਵੀ ਹਾਂ ਉੱਥੇ ਇਲਾਜ ਵਧੀਆ ਕਈ ਸੈਂਟਰਾਂ 'ਚ ਨਹੀਂ ਹੈਗਾ ਕਈਆਂ 'ਚ ਕੁੱਟਮਾਰ ਵੀ ਕਰਦੇ ਕਈਆਂ 'ਚ ਨਹੀਂ ਨਹੀਂ ਕਈ ਤਾਂ ਵਧੀਆ ਸੈਂਟਰ ਆ ਜਿੱਥੇ ਮੈਂ ਸੀ ਮੈਂ ਵੀ ਕਹਾਂ ਵਧੀਆ ਇਲਾਜ ਸੀ ਉਹਨਾਂ ਦਾ ਸ਼ਾਇਦ ਮੈਂ ਤਾਂ ਅੱਜ ਠੀਕ ਆ ਉੱਥੋਂ ਮੈਂ ਹੌਲੀ-ਹੌਲੀ ਜਦੋਂ 3 ਮਹੀਨਿਆਂ ਤੋਂ ਟੁੱਟ ਪਿਆ ਬਾਹਰ ਆਇਆ ਸਟਾਫ ਦੇ ਵਿੱਚ ਰੋਟੀ ਪਾਣੀ ਦਾਲ ਸਬਜ਼ੀ ਹੌਲੀ-ਹੌਲੀ ਫੇਰ ਡਿਊਟੀਆਂ ਲੱਗਦੀਆਂ ਗਈਆਂ ਸਿੱਖ ਦੇ ਵੀ ਗਿਆ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਉੱਥੋਂ ਕਦਰ ਕਰਨੀ ਆਈ ਵੀ ਹਾਂ ਯਾਰ ਕੱਪੜਾ ਧੋਤਾ ਚੱਕੋ ਨਹੀਂ ਤਾਂ ਘਰੇ ਤਾਂ ਮਾਤਾ ਚੱਕ ਲੂਗੀ ਕੋਈ ਨਹੀਂ ਟੈਨਸ਼ਨ ਨਹੀਂ ਕਿਸੇ ਗੱਲ ਦੀ ਨਹੀਂ ਪਾਣੀ ਟੁੱਟੀ ਛੱਡੀ ਰੱਖੀ ਦੀ ਆਪਾਂ ਤੇ ਉੱਥੇ ਇਹ ਚੀਜ਼ਾਂ ਦੇ ਵੀ ਪ੍ਰਣਾਮ ਆ ਡਾਂਗ ਥੋਟਾ ਨਹੀਂ ਉਦਾਂ ਮੈਂਟਲੀ ਕਰਦੇ ਆ ਬੈਠ ਕੇ ਹਲਵਾ ਲਵੋ ਜਾਂ ਇਦਾਂ ਕਰ ਲਓ ਜਾਂ ਉਦਾਂ ਕਰ ਲਓ ਕਰਦੇ ਕਰਾਉਂਦੇ ਮੈਨੂੰ ਉੱਥੇ ਜਿੱਦਾਂ ਕਿਤਾਬਾਂ ਪੜ੍ਹਨ ਦਾ ਪੈ ਗਿਆ ਵੀ ਹਾਂ ਮੈਂ ਕਿਹ ਤਰ੍ਹਾਂ ਟਾਈਮ ਮੇਟ ਪਾਉਣਾ ਸੀ ਕਿਉਂਕਿ ਮੇਰਾ ਸਭ ਤੋਂ ਵੱਲੰਮਾ ਟਾਈਮ ਲੱਗਾ ਸੀ ਤੇ ਬਾਕੀ ਤਾਂ ਸ਼ਹਿ ਸ਼ਹਿ ਮਹੀਨੇ ਬਾਅਦ ਚੱਲ ਗਿਆ ਪਰ ਮੈਨੂੰ ਉਹਨੇ ਮਾਤਾ ਨੇ ਉਹਨੂੰ ਹੀ ਕਹਿ ਕੇ ਭੇਜਿਆ ਸੀ ਵੀ ਮੈਨੂੰ ਤੇਰੇ ਵਰਗਾ ਚਾਹੀਦਾ ਮੇਰਾ ਮੁੰਡਾ ਉਹ ਕਹਿੰਦਾ ਮਾਤਾ ਫੇ ਤੂੰ ਫੋਨ ਨਹੀਂ ਕਰਨਾ ਆਪਣੇ ਵਰਗਾ ਬਣਾ ਕੇ ਛੱਡ ਕੇ ਜਾਊਗਾ ਸੋ ਉਸ ਬੰਦੇ ਨੇ ਚਲੋ ਕਰਕੇ ਵੀ ਦਿਖਾਇਆ ਬਾਕੀ ਤਾਂ ਪ੍ਰਮਾਤਮਾ ਦਾ ਹੱਥ ਆ ਜੀ ਇਸ ਚੀਜ਼ ਨਾ ਤੇ ਉਹਨੇ ਬਹੁਤ ਕੀਤਾ ਕਰਕੇ ਮੈਨੂੰ ਬੁੱਕਾਂ ਵਿੱਚ ਅੰਦਰ ਮੰਗਾਉਂਦਾ ਰਿਹਾ ਉਹ ਤੋਂ ਵੀ ਯਾਰ ਮੈਂ ਪੜ੍ਹਨੀਆ ਮੇਰਾ ਪੜਨ ਨੂੰ ਦਿਲ ਕਰਦਾ ਹੈ ਨਾ ਨੌਲੇਜ ਲੈਣ ਨੂੰ ਮੈਂ ਉੱਥੇ ਸ਼ੇਅਰ ਲਿਖਦਾ ਗਿਆ ਬਣਾਉਂਦਾ ਗਿਆ ਹੌਲੀ-ਹੌਲੀ ਮੈਂ ਬਾਹਰ ਆਇਆ ਜਦੋਂ ਡਰਦੇ ਡਰਦੇ ਨੇ ਦੱਸਣਾ ਯਾਰ ਮੈਨੂੰ ਲਿਖਣ ਦਾ ਸ਼ੌਂਕ ਪੈ ਗਿਆ ਅਗਲਾ ਹੱਸਦਾ ਸੀ ਵੀ ਸਾਲਾ ਚੱਟੇ ਸਭ ਕੁਝ ਬਰਬਾਦ ਕਰ ਲਿਆ ਹੁਣ ਐਵੇਂ ਜਾਣ ਕੇ ਢੋਲਕੀਆਂ ਚੈਂਟੇ ਚੱਕੀ ਫਿਰਦਾ ਵੀ ਉਧਰ ਪੈਸਾ ਖਰਾਬ ਕਰ ਲਿਆ ਇਹਨੂੰ ਇਹ ਹੈ ਵੀ ਇੱਧਰ ਪੈਸਾ ਹੈਗਾ ਸ਼ਾਇਦ ਪੈਸੇ ਕਮਾਉਣਾ ਆ ਪਰ ਨਹੀਂ ਮੈਨੂੰ ਸੱਚੀ ਸ਼ੌਂਕ ਸੀ ਦਿਲ ਕਰਦਾ ਸੀ ਵੀ ਹਾਂ ਕੁਝ ਕਰਨਾ ਹੁਣ ਹੁਣ ਨਸ਼ਾ ਨਹੀਂ ਕਰਨਾ ਉਹਨੂੰ ਕੋ ਚੰਗੀ ਚੀਜ਼ ਗਾਨੀ ਪਰ ਕਈ ਬੰਦੇ ਫੀਡਬੈਕ ਦੇ ਨਾਲੇ ਵੀ ਸੀਗੇ ਵੀ ਇਹਨਾਂ ਨੇ ਬਹੁਤ ਦਿੱਤੀ ਗਾਣਾ ਮੈਂ ਗਿਆ ਵੀ ਸੀ ਦੇਣ ਕਿਸੇ ਨੂੰ ਅਗਲੇ ਨੇ ਪਸੰਦੇ ਨਹੀਂ ਕੀਤਾ ਵੀ ਇਹ ਚੱਲਣ ਵਾਲੀ ਚੀਜ਼ ਨਹੀਂ ਹੈਗੀ ਚਲੋ ਸਿਰ ਮੱਥੇ ਕਿਉਂਕਿ ਆਪਾਂ ਨੂੰ ਉਸ ਟਾਈਮ ਇਨੀ ਨੋਲਿਜ ਨਹੀਂ ਸੀ ਪਰ ਮੈਂ ਪਿੰਡ ਆਇਆ ਹੌਲੀ ਹੌਲੀ ਟਾਈਮ ਟੱਪਦਾ ਗਿਆ ਟੱਪਦਾ ਗਿਆ ਜਿਹੜੇ ਤਾਂ ਸੀਗੇ ਬੈਕਵਾਇਟਰ ਵੀ ਕੌਣ ਸੀ ਆਪਣੇ ਹੀ ਬੰਦੇ ਕੁਸ਼ਕ ਤਾਂ ਪੰਪ ਦਿੰਦੇ ਗਏ ਝੂਠੇ ਤੇ ਕਈ ਬੰਦਿਆਂ ਨੇ ਸਹੀ ਸਲਾਮ ਹੀ ਦਿੱਤੀਆਂ ਵੀ ਮਿੱਤਰਾਂ ਜੇ ਕਰਨਾ ਚਾਹਨਾ ਕੋਈ ਵੱਡੀ ਚੀਜ਼ ਲੈਵਲ ਦੀ ਅੱਜ ਕੱਲ ਜੋ ਚੱਲਣਾ ਹੈ ਕੁਝ ਵੀ ਉਹ ਲੈ ਕੇ ਇਕੱਰੀ ਲਹਿਲਾ ਪੰਗਾ ਕੁਝ ਨਹੀਂ ਹੁੰਦਾ ਵੀ ਤੂੰ ਦੇਖ ਜੇ ਤੇ ਪਸੰਦ ਕਰੋਗੇ ਲੋਕ ਫਿਓੜੀ ਫਿਓੜੀ ਕਲਾਸਾਂ ਲਾ ਕੇ ਗਾਉਣਾ ਵੀ ਸਿੱਖ ਲਮਾ ਕੋਈ ਵੱਡੀ ਗੱਲ ਨਹੀਂ ਹੈ ਨਾ ਸੋ ਮੈਂ ਕੀਤਾ ਗਾਣਾ ਜੀ ਆਪਣਾ ਆਪਾ ਫਲਾਈ ਮੀਡੀਆ ਰੈਕੋਰਡਸ ਟੀਮ ਵੱਲੋਂ ਤੇ ਆਪਾਂ ਦੁਆਬਾ ਬਲੌਗ ਮਨੀਟੇਸੀ ਜਦਾਂ ਨਾਮ ਜੋ ਕੀਤਾ ਆਪਾਂ ਤੇ ਹੁਣ ਆਪਣਾ ਆ ਵੀਰਿਆ ਗਾਹਾਂ ਵੀ ਪ੍ਰੋਜੈਕਟ ਆ ਰਿਹਾ ਕਰ ਰਹੇ ਹਾਂ ਸਭ ਕੁਝ ਚੱਲ ਰਿਹਾ ਵਧੀਆ ਸੋ ਇਹ ਜੋ ਵੀ ਹੋਇਆ ਇਹ ਇੱਕ ਸਿਰਫ ਨਸ਼ਾ ਛੱਡਣ ਕਰਕੇ ਹੋਇਆ ਜੀ ਮੇਰੀ ਰਿਸਪੈਕਟ ਵਾਪਸ ਆਈ ਆ ਤਾਂ ਨਸ਼ਾ ਛੱਡਣ ਕਰਕੇ ਹੀ ਆਈ ਆ ਆਪਾਂ ਨੂੰ ਲੱਗਦਾ ਵੀ ਨਹੀਂ ਰੱਬ ਹੈਗਾ ਯਾਰ ਮੈਂ ਦੇਖਿਆ ਨੇੜਿਓਂ ਦੇਖਿਆ ਬਾਈ ਰੱਬ ਹੈ ਉਹਦੀ ਕਦਰ ਕਰੋ ਰੱਬ ਘਰ ਚ ਵੀ ਆ ਰੱਬ ਜਾਨਵਰਾਂ ਚ ਵੀ ਆ ਜੀਵਾਂ ਚ ਵੀ ਆ ਹਰ ਇੱਕ ਚ ਤੁਸੀਂ ਕਿਤੇ ਰੀਤ ਲਾ ਕੇ ਤਾਂ ਦੇਖੋ ਯਾਰ ਕੁਝ ਵੀ ਹੋ ਸਕਦਾ ਇੱਥੇ ਕੋਈ ਮੁਸੀਬਤ ਨਹੀਂ ਜਿਹਦਾ ਕੋਈ ਹੱਲ ਹੈ ਹੀ ਨਹੀਂ ਐਡੀਆਂ ਐਡੀਆਂ ਚੀਜ਼ਾਂ ਜੋ ਕੁਝ ਹੈ ਯਾਰ ਇਹ ਇਨਸਾਨ ਨੇ ਕੀਤਾ ਸਭ ਕੁਝ ਪਰ ਆਪਾਂ ਨੂੰ ਹਿੰਮਤ ਕਰਨੀ ਪੈਂਦੀ ਆ ਸਭ ਕੁਝ ਹੁੰਦਾ ਸੋ ਮੈਂ ਤਾਂ ਜਿੰਨੀ ਕਮਿਹਨਤ ਕੀਤੀ ਪਰਮਾਤਮਾ ਨੇ ਮੈਨੂੰ ਵਧੀਆ ਉਹਦਾ ਫਲ ਦੇ ਵੀ ਦਿੱਤਾ ਤੇ ਆਸ ਕਰਦਾ ਵੀ ਬੱਬਾ ਅੱਗੇ ਵੀ ਦੇਊਗਾ ਬਾਕੀ ਸਾਰਿਆਂ ਨੂੰ ਧੰਨਵਾਦ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ